ਜੋ ਸਾਰਾ ਦਿਨ ਗੱਲਾਂ ਬਾਤਾਂ ਹੋਈਆਂ ਆ ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ, ਜਿਹੜੀਆਂ ਪ੍ਰਮੁੱਖ ਖਬਰਾਂ ਜਿਹੜੀਆਂ ਸੁਰਖੀਆਂ ਛਪੀਆਂ ਉਹਦੇ ਬਾਰੇ ਤੁਹਾਡੇ ਨਾਲ ਚਰਚਾ ਕਰਨ ਲਈ। ਓਮੀਕ੍ਰੋਨ ਵੇਰੀਐਂਟ ਬਾਰੇ ਅੱਜ ਸਾਰਾ ਦਿਨ ਫੇਰ ਚਰਚਾ ਹੋਈ ਆ, ਕੱਲ੍ਹ ਵੀ ਚਰਚਾ ਹੋਈ ਆ, ਪਿਛਲੇ ਦਿਨਾਂ ਤੋਂ ਚਰਚਾ ਚੱਲਦੀ ਆ। ਕਾਰਨ ਕਦੇ ਕੋਈ ਹੁੰਦਾ ਕਦੇ ਕੋਈ ਹੁੰਦਾ, ਅਤੇ ਹੁਣ ਅੱਜ ਜਿਹੜਾ ਵੱਡਾ ਕਾਰਨ ਸਾਹਮਣੇ ਆਇਆ ਕਿ ਜਿਹੜੇ ਲੋਕ ਅਫਰੀਕਾ ਦੇ ਉਹਨਾਂ ਦੇਸ਼ਾਂ ਤੋਂ ਕੈਨੇਡਾ ਆ ਰਹੇ ਆ, ਜਿਨ੍ਹਾਂ ਦੇਸ਼ਾਂ ਦੇ ਉੱਤੇ ਕੈਨੇਡਾ ਨੇ ਪਿਛਲੇ ਦਿਨਾਂ ਦੇ ਵਿੱਚ ਪਾਬੰਦੀਆਂ ਲਾਈਆਂ ਸੀ, ਉਹਨਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਮੁਸ਼ਕਲ ਕੀ ਹੈ? ਉਹਨਾਂ ਦੇ ਲਈ ਖਾਸ ਨਿਯਮ ਬਣਾਏ ਗਏ ਸੀ ਕਿ ਜਦੋਂ ਆਉਂਦੇ ਆ ਉਹਨਾਂ ਨੂੰ ਇੱਕ ਤਾਂ ਉੱਥੋਂ ਟੈਸਟ ਕਰਵਾਉਣਾ ਪਊਗਾ, ਫਿਰ ਉਹਨਾਂ ਨੂੰ ਕਿਸੇ ਦੂਜੀ ਕੰਟਰੀ 'ਚੋਂ ਟੈਸਟ ਕਰਵਾਉਣਾ ਪਊਗਾ, ਫਿਰ ਉਹਨਾਂ ਦਾ ਏਅਰਪੋਰਟ ਦੇ ਉੱਤੇ ਆ ਕੇ ਕੈਨੇਡਾ ਦੇ ਵਿੱਚ ਟੈਸਟ ਹੋਊਗਾ। ਕੈਨੇਡਾ ਏਅਰਪੋਰਟ ਦੇ ਉੱਤੇ ਜਦੋਂ ਉਹਨਾਂ ਦਾ ਟੈਸਟ ਹੋ ਰਿਹਾ, ਉਹਦੇ ਤੋਂ ਬਾਅਦ ਉਹਨਾਂ ਨੂੰ ਕੁਆਰੰਟੀਨ ਕਰਨ ਦੇ ਲਈ ਹੋਟਲਾਂ ਦੇ ਵਿੱਚ ਭੇਜਿਆ ਜਾ ਰਿਹਾ। ਹੋਟਲਾਂ ਦੇ ਵਿੱਚ ਹਾਲਤ ਬਹੁਤ ਮਾੜੀ ਆ। ਬਹੁਤ ਸਾਰੀਆਂ ਅਖਬਾਰਾਂ ਨੇ ਇਸ ਗੱਲ ਦੇ ਉੱਤੇ ਬਹੁਤ ਚਰਚਾ ਕੀਤੀ ਹੈ, ਇਸ ਪ੍ਰਬੰਧ ਦੀ ਬਹੁਤ ਆਲੋਚਨਾ ਕੀਤੀ ਗਈ ਹੈ। ਪਤਾ ਇਹ ਲੱਗਿਆ ਕਿ ਕੈਨੇਡਾ ਦੇ ਜਿਹੜੇ ਕੁਆਰੰਟੀਨ ਹੋਟਲਸ ਆ ਉਹਨਾਂ ਦੇ ਵਿੱਚ ਬੇਸਿਕ ਸਰਵਿਸਿਜ਼ ਜਿਹੜੀਆਂ ਮੁੱਢਲੀਆਂ ਸਹੂਲਤਾਂ ਉਹ ਵੀ ਹੈ ਨਹੀਂ। ਲਾਂਡਰੀ ਸਰਵਿਸ ਹੈ ਨਹੀਂ ਉੱਥੇ, ਜਿਹੜੇ ਤਿੰਨ ਤਿੰਨ ਦਿਨ ਦੇ ਗੰਦੇ ਕੱਪੜੇ ਆ ਉਹ ਧੋਣ ਲਈ ਉੱਥੇ ਕੋਈ ਨਹੀਂ, ਨਾ ਉੱਥੇ ਕੋਈ ਚੰਗਾ ਖਾਣਾ ਮਿਲ ਰਿਹਾ, ਅਤੇ ਨਾ ਹੀ ਬੱਚਿਆਂ ਦੇ ਡਾਇਪਰ ਮਿਲ ਰਹੇ ਆ, ਲੋਕਾਂ ਨੂੰ ਦਵਾਈ ਨਹੀਂ ਮਿਲ ਰਹੀ, ਬੁਰਾ ਹਾਲ ਆ। ਨੈਗੇਟਿਵ ਟੈਸਟ ਆਉਣ ਤੋਂ ਬਾਅਦ ਵੀ ਉਹਨਾਂ ਨੂੰ ਹੋਟਲ ਦੇ ਵਿੱਚ ਰੱਖਿਆ ਜਾ ਰਿਹਾ। ਜੇ ਕਿਸੇ ਦਾ ਸ਼ੁੱਕਰਵਾਰ ਨੂੰ ਟੈਸਟ ਹੋਇਆ, ਸ਼ਨੀਵਾਰ ਨੂੰ ਨੈਗੇਟਿਵ ਆ ਗਿਆ, ਤਾਂ ਉਹਨੂੰ ਸ਼ਨੀਵਾਰ ਨੂੰ ਘਰ ਭੇਜ ਦੇਣਾ ਚਾਹੀਦਾ, ਪਰ ਲੋਕ ਸ਼ਿਕਾਇਤ ਕਰ ਰਹੇ ਆ ਕਿ ਸਾਨੂੰ ਐਤਵਾਰ ਨੂੰ ਵੀ ਨਹੀਂ, ਸੋਮਵਾਰ ਨੂੰ ਜਾ ਕੇ ਦੱਸਿਆ ਜਾ ਰਿਹਾ ਕਿ ਹੁਣ ਤੁਸੀਂ ਘਰ ਜਾ ਸਕਦੇ ਹੋ। ਲੋਕ ਕਹਿ ਰਹੇ ਆ ਕਿ ਜਦੋਂ ਅਸੀਂ ਕੈਨੇਡਾ ਦੇ ਕਿਸੇ ਏਅਰਪੋਰਟ ਦੇ ਉੱਤੇ ਉਤਰ ਰਹੇ ਹਾਂ ਤਾਂ ਸਾਨੂੰ ਇੱਦਾਂ ਲੱਗ ਰਿਹਾ ਜਿੱਦਾਂ ਅਸੀਂ ਕੋਈ ਜੁਰਮ ਕੀਤਾ ਹੋਵੇ ਅਤੇ ਸਾਨੂੰ ਕਿਸੇ ਜੇਲ੍ਹ ਦੇ ਵਿੱਚ ਸਜ਼ਾ ਕੱਟਣ ਲਈ ਭੇਜ ਦਿੱਤਾ ਹੋਵੇ। ਵੱਖ ਵੱਖ ਲੋਕਾਂ ਦੀ ਵੱਖ ਵੱਖ ਪ੍ਰਤੀਕਿਰਿਆ ਆ ਰਹੀ ਆ। ਜਿਹੜਾ ਕਿ ਕੋਵਿਡ-19 ਦਾ ਟੈਸਟ ਪਿਛਲੇ 2 ਹਫ਼ਤਿਆਂ ਦੇ ਵਿੱਚ ਲਿਬਰਲ ਸਰਕਾਰ ਨੇ ਜਿਹੜੀਆਂ ਰਿਸਟ੍ਰਿਕਸ਼ਨਸ ਅਨਾਊਂਸ ਕੀਤੀਆਂ ਸੀ ਓਮੀਕ੍ਰੋਨ ਵੇਰੀਐਂਟ ਦੇ ਨਾਲ ਕਰੋਨਾ ਵਾਇਰਸ ਦੇ, ਵਰਲਡ ਹੈਲਥ ਔਰਗਨਾਈਜੇਸ਼ਨ ਦੇ ਪਬਲਿਕ ਹੈਲਥ ਐਕਸਪਰਟ ਅਤੇ ਵਿਗਿਆਨੀਆਂ ਨੇ ਇਹਨਾਂ ਪੋਲਿਸੀਜ਼ ਦੀ ਬਹੁਤ ਸਾਰੀ ਆਲੋਚਨਾ ਕੀਤੀ ਸੀ, ਕਿਹਾ ਸੀ ਕਿ ਇਹ ਅਨਫੇਅਰ ਆ ਉਹਨਾਂ ਅਫਰੀਕਾ ਦੇ ਦੇਸ਼ਾਂ ਦੇ ਲਈ ਜਿੱਥੇ ਓਮੀਕ੍ਰੋਨ ਵਾਇਰਸ ਓਮੀਕ੍ਰੋਨ ਵੇਰੀਐਂਟ ਸਾਹਮਣੇ ਆਇਆ ਸੀ, ਕਿ ਇਹ ਬਾਈ ਚਾਂਸ ਸਾਹਮਣੇ ਉਸ ਦੇਸ਼ ਦੇ ਵਿੱਚੋਂ ਆ ਗਿਆ, ਫੈਲ ਤੇ ਪੂਰੀ ਦੁਨੀਆ ਦੇ ਵਿੱਚ ਚੁੱਕਾ। ਹੁਣ ਜਿਹੜੀਆਂ ਬਹੁਤ ਸਾਰੀਆਂ ਯੂਰਪ ਦੀਆਂ ਕੰਟਰੀਜ਼ ਆ ਉਹਨਾਂ ਨੇ ਬਿਜ਼ਨਸ ਟੂਰਿਜ਼ਮ ਸਾਰਾ ਕੁਛ ਇਹਦੇ ਨਾਲ ਪ੍ਰਭਾਵਿਤ ਹੋਇਆ। ਮਸਲਾ ਇਸ ਵੇਲੇ ਦਾ ਕੀ ਆ, 10 ਅਫਰੀਕਾ ਦੇ ਉਹ ਦੇਸ਼ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਕੈਨੇਡੀਅਨ ਫਸੇ ਬੈਠੇ ਨੇ, ਉਹ ਆਪਣੇ ਦੇਸ਼ ਆਉਣਾ ਚਾਹੁੰਦੇ ਆ। ਆਪਣੇ ਦੇਸ਼ ਆਉਣ ਵੇਲੇ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ, ਜਿਹੜੇ ਹੋਟਲਸ ਦੇ ਵਿੱਚ ਉਹਨਾਂ ਨੂੰ ਜ਼ਬਰਦਸਤੀ ਰੱਖਿਆ ਜਾ ਰਿਹਾ ਕਿ ਜਿੰਨਾ ਚਿਰ ਤੁਹਾਡਾ ਕੋਵਿਡ-19 ਦਾ ਟੈਸਟ ਨੈਗੇਟਿਵ ਨਹੀਂ ਆਉਂਦਾ, ਤੁਸੀਂ ਹੋਟਲ ਦੇ ਵਿੱਚੋਂ ਬਾਹਰ ਨਹੀਂ ਜਾ ਸਕਦੇ। ਉਹਨਾਂ ਹੋਟਲਾਂ ਦੀ ਹਾਲਤ ਬਹੁਤ ਮਾੜੀ ਆ। ਜਿਹੜੀ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਆ ਉਹਦੇ ਅਫੀਸ਼ੀਅਲਸ ਕੁਛ ਹੋਰ ਕਹਿ ਰਹੇ ਆ, ਬਹੁਤ ਸਾਰੇ ਲੋਕ ਉੱਥੇ ਉਡੀਕ ਕਰ ਰਹੇ ਆ, ਸਟਰਗਲ ਕਰ ਰਹੇ ਆ ਬੇਬੀਜ਼ ਦੇ ਡਾਇਪਰਸ ਦੇ ਲਈ, ਉਹਨਾਂ ਨੂੰ ਮਾੜਾ ਖਾਣਾ ਦਿੱਤਾ ਜਾ ਰਿਹਾ, ਬਹੁਤ ਸਾਰੇ ਲੋਕ ਆਪਣੀਆਂ ਬਾਰੀਆਂ ਦੇ ਵਿੱਚੋਂ ਵਿੰਡੋਜ਼ ਦੇ ਵਿੱਚੋਂ ਉਸ ਖਾਣੇ ਨੂੰ ਬਾਹਰ ਸਿੱਟ ਰਹੇ ਆ। ਔਰ ਸਿਤਮ ਜ਼ਰੀਫੀ ਇਹ ਆ ਕਿ ਜਦੋਂ ਉਹਨਾਂ ਦਾ ਟੈਸਟ ਦਾ ਰਿਜ਼ਲਟ ਨੈਗੇਟਿਵ ਆ ਗਿਆ, ਉਹਦੇ ਤੋਂ ਬਾਅਦ ਵੀ ਉਹਨਾਂ ਨੂੰ ਹੋਟਲ ਦੇ ਵਿੱਚ ਰੱਖਿਆ ਜਾ ਰਿਹਾ। ਪਤਾ ਨਹੀਂ ਕਿਸ ਪ੍ਰਬੰਧ ਦੀ ਘਾਟ ਆ, ਕਿੱਥੇ ਕਮਿਊਨੀਕੇਸ਼ਨ ਗੈਪ ਆ। ਕੋਵਿਡ-19 ਟੈਸਟ ਨੈਗੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਹੋਟਲ ਵਿੱਚ ਰੱਖਣ ਦੀ ਕੋਈ ਤੁੱਕ ਨਹੀਂ ਬਣ ਰਹੀ। ਬਹੁਤ ਸਾਰੇ ਲੋਕਾਂ ਨੇ ਬਾਹਰ ਆ ਕੇ ਆਪਣੇ ਦੁੱਖ ਸਾਂਝੇ ਕੀਤੇ ਆ, ਔਰ ਕਹਿੰਦੇ ਬਹੁਤ ਸਾਰੇ ਲੋਕਾਂ ਨੂੰ ਬਿਨਾਂ ਲਗੇਜ ਤੋਂ ਉਸ ਹੋਟਲ ਦੇ ਵਿੱਚ ਜਾਣਾ ਪਿਆ, ਜਿੱਥੇ ਜਾ ਕੇ ਉਹਨਾਂ ਨੂੰ ਕੁਛ ਵੀ ਨਹੀਂ ਮਿਲਿਆ। ਟੋਰਾਂਟੋ ਜਦੋਂ ਫਰਾਈਡੇ ਨੂੰ ਕੁਛ ਲੋਕ ਪਹੁੰਚੇ ਆ, ਸੈਟਰਡੇ ਨੂੰ ਉਹਨਾਂ ਦਾ ਕੋਵਿਡ-19 ਦਾ ਟੈਸਟ ਨੈਗੇਟਿਵ ਆ ਗਿਆ, ਸੋਮਵਾਰ ਤੱਕ ਉਹਨਾਂ ਹੋਟਲ ਦੇ ਵਿੱਚ ਰਹਿਣ ਲਈ ਮਜਬੂਰ ਕੀਤਾ ਗਿਆ। ਉਹ ਕਹਿੰਦੇ ਸਾਨੂੰ ਇਸ ਤਰ੍ਹਾਂ ਲੱਗਦਾ ਜਿੱਦਾਂ ਅਸੀਂ ਕੋਈ ਅਪਰਾਧੀ ਹੋਈਏ। ਦੱਸਿਆ ਜਾ ਰਿਹਾ ਕਿ ਉਹ ਹਿਲਟਨ ਹੋਟਲ ਦੇ ਵਿੱਚ ਜਦੋਂ ਕੁਛ ਲੋਕ ਪਹੁੰਚੇ ਆ, ਉੱਥੇ ਪਹੁੰਚਣ ਤੋਂ ਬਾਅਦ ਪੂਰੀ ਦੀ ਪੂਰੀ ਲੌਬੀ ਪਲਾਸਟਿਕ ਦੇ ਨਾਲ ਕਵਰ ਕੀਤੀ ਆ, ਦੂਜਿਆਂ ਲੋਕਾਂ ਨੂੰ ਪੈਂਫਲੇਟ ਦਿੱਤੇ ਗਏ, ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਤੁਸੀਂ ਕੋਈ ਵੀ ਫੋਟੋ ਜਾਂ ਵੀਡੀਓ ਜਿਹੜੀ ਲੋਕੇਸ਼ਨ ਦੀ ਆਈਡੈਂਟੀਫਿਕੇਸ਼ਨ ਦੇ ਲਈ ਨਹੀਂ ਲੈ ਸਕਦੇ। ਉਹ ਕਹਿੰਦੇ ਇੱਦਾਂ ਸੀ ਜਿਸ ਤਰ੍ਹਾਂ ਕੋਈ ਅਸੀਂ ਬਹੁਤ ਵੱਡਾ ਜੁਰਮ ਕਰਨ ਤੋਂ ਬਾਅਦ ਇੱਥੇ ਆਈ ਹੋਈਏ। ਲੋਕਾਂ ਨੇ ਵਟਸਐਪ ਗਰੁੱਪ ਬਣਾਇਆ, ਵਟਸਐਪ ਗਰੁੱਪ ਬਣਾ ਕੇ ਹੋਟਲ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੁੱਖ ਇੱਕ ਦੂਜੇ ਦੇ ਨਾਲ ਸਾਂਝੇ ਕਰਨੇ ਸ਼ੁਰੂ ਕੀਤੇ, ਅਤੇ ਜਿਹੜੀ ਸਭ ਤੋਂ ਮਾੜੀ ਉੱਥੇ ਦੀ ਮੈਨੇਜਮੈਂਟ ਆ ਹੋਟਲ ਦੀ, ਉਹ ਸਾਹਮਣੇ ਆ ਰਹੀ ਹੈ। ਹੋਟਲ ਵਾਲਿਆਂ ਨੂੰ ਪੁੱਛਿਆ ਜਾ ਰਿਹਾ, ਉਹ ਕਹਿੰਦੇ ਕੋਈ ਥਰਡ ਪਾਰਟੀ ਹੈ ਜਿਹੜੀ ਇਹ ਸਾਰਾ ਕੁਛ ਮੈਨੇਜ ਕਰ ਰਹੀ ਹੈ, ਸਾਨੂੰ ਇਹਦੇ ਬਾਰੇ ਕੁਛ ਵੀ ਨਹੀਂ ਪਤਾ। ਇੱਕ ਰੂਮ ਦੇ ਵਿੱਚ ਬ੍ਰੈਸਟ ਕੈਂਸਰ ਦੀ ਸਰਵਾਈਵਰ ਇੱਕ ਔਰਤ, ਜਿਹਦੀ ਕਿ ਮੈਡੀਕੇਸ਼ਨ ਖਤਮ ਹੋ ਗਈ, ਉਹਨੂੰ ਦਰਦ ਹੋ ਰਿਹਾ, ਉਹ ਉੱਥੇ 3 ਦਿਨ ਉਹਨੂੰ ਉੱਥੇ ਰੱਖਿਆ ਗਿਆ, ਕੋਈ ਵੀ ਉਹਦੇ ਲਈ ਹੈਲਪ ਨਹੀਂ ਆ। ਇੱਕ ਕਪਲ ਜਿਹਦੇ ਬੱਚੇ ਨੇ, ਬੱਚਿਆਂ ਦੇ ਲਈ ਕੋਈ ਵੀ ਖਾਸ ਖਾਣਾ ਉੱਥੇ ਨਹੀਂ ਦਿੱਤਾ ਗਿਆ, ਵੱਡੇ ਵੱਡੇ ਬਰਗਰ ਉਹਨਾਂ ਬੱਚਿਆਂ ਦੇ ਲਈ ਭੇਜੇ ਗਏ।
ਲੋਕ ਜਿਹੜੇ ਆ ਉੱਥੇ ਤੜਫ ਰਹੇ ਆ ਔਰ ਦੱਸ ਰਹੇ ਆ ਕਿ ਸਾਰੇ ਕੁਛ ਦੇ ਵਿੱਚ ਕਿਸੇ ਤਰ੍ਹਾਂ ਜਿਹੜੀ ਕਿਸੇ ਤਰ੍ਹਾਂ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ ਜਾਵੇ ਅਤੇ ਬਾਹਰ ਕੱਢਿਆ ਨਹੀਂ ਜਾ ਸਕਦਾ ਜਿੰਨਾ ਚਿਰ ਉੱਥੋਂ ਦੇ ਅਫੀਸ਼ੀਅਲਸ ਆਗਿਆ ਨਹੀਂ ਦਿੰਦੇ। ਇਸ ਚੀਜ਼ ਨੇ ਅੱਜ ਲੋਕਾਂ ਦਾ ਧਿਆਨ ਖਿੱਚਿਆ, ਸਰਕਾਰ ਦਾ ਧਿਆਨ ਖਿੱਚਿਆ ਕਿ ਕੁਛ ਨਾ ਕੁਆਰੰਟੀਨ ਹੋਟਲਸ ਬਾਰੇ ਕਰਨਾ ਚਾਹੀਦਾ। ਸਰਕਾਰ ਅਤੇ ਹੈਲਥ ਏਜੰਸੀਜ਼ ਕਹਿ ਰਹੀਆਂ ਕਿ 24 ਆਵਰ ਇਹਨਾਂ ਹੋਟਲ ਦੇ ਵਿੱਚ ਸਪੋਰਟ ਆ ਅਤੇ ਮੈਡੀਕਲ ਮੋਨੀਟਰਿੰਗ ਆ, ਕੋਈ ਵੀ ਇੱਦਾਂ ਦੀ ਘਟਨਾ ਨਹੀਂ ਵਾਪਰ ਸਕਦੀ। ਇੱਕ ਲੈਰੀ ਅਤੇ ਲਿਜ਼ੇਲ ਕੈਨੇਡੀ ਜਿਨ੍ਹਾਂ ਦੇ ਦੋ ਬੱਚੇ ਆ, ਇੱਕ 6 ਸਾਲ ਦਾ ਇੱਕ 13 ਸਾਲ ਦਾ, ਉਹ ਹੋਟਲ ਦੇ ਵਿੱਚ ਸੋਮਵਾਰ ਤੱਕ ਰੁਕੇ ਰਹੇ, ਉਹਨਾਂ ਦੀ ਵੀ ਬੁਰੀ ਹਾਲਤ ਦੱਸੀ ਜਾ ਰਹੀ ਹੈ। ਵੈਨਕੂਵਰ ਏਅਰਪੋਰਟ ਦੇ ਉੱਤੇ ਵੀ ਲਗਭਗ ਇੱਦਾਂ ਦੀ ਹਾਲਾਤ ਆ, ਟੋਰੋਂਟੋ ਏਅਰਪੋਰਟ ਦੇ ਉੱਤੇ ਵੀ ਲਗਭਗ ਇੱਦਾਂ ਦੇ ਹਾਲਾਤ ਨੇ। ਸੋ ਇਹ ਸਾਰੇ ਕੁਛ ਤੋਂ ਬਾਅਦ ਲੋਕ ਮੰਗ ਕਰ ਰਹੇ ਆ ਕਿ ਕੁਛ ਨਾ ਕੁਛ ਇਹਦਾ ਕੀਤਾ ਜਾਵੇ। ਜਿਹੜੀਆਂ ਜੇ ਹੋਟਲ ਦੇ ਵਿੱਚ ਰਹਿਣਾ ਆ ਤਾਂ ਘੱਟੋ ਘੱਟ ਹੋਟਲ ਦੇ ਵਿੱਚ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾਣ। ਜੇ ਮੁੱਢਲੀਆਂ ਸਹੂਲਤਾਂ ਜਾਂ ਘੱਟੋ ਘੱਟ ਜਦੋਂ ਕੋਵਿਡ ਨੈਗੇਟਿਵ 1 ਦਿਨ ਦੇ ਵਿੱਚ ਟੈਸਟ ਆ ਜਾਂਦਾ ਤਾਂ ਉਸੇ ਵੇਲੇ ਹੋਟਲ 'ਚੋਂ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇ। ਉਹਨਾਂ ਨੂੰ 3 ਦਿਨ ਉੱਥੇ ਕਿਉਂ ਰੱਖਿਆ ਗਿਆ? ਜਿਹੜੀ ਲੌਰਾ ਫੋਰਡ ਸਪੋਕਸਪਰਸਨ ਨੇ ਹਿਲਟਨ ਟੋਰੋਂਟੋ ਏਅਰਪੋਰਟ ਹੋਟਲ ਦੇ ਸਿਊਟਸ 'ਤੇ, ਉਹ ਕਹਿੰਦੇ ਵੀ ਥਰਡ ਪਾਰਟੀ ਜਿਹੜੀ ਹੈ ਸਾਰੇ ਓਪਰੇਸ਼ਨ ਅਤੇ ਸਰਵਿਸਿਜ਼ ਨੂੰ ਰਨ ਕਰ ਰਹੀ ਆ, ਅਸੀਂ ਇਹਦੇ ਬਾਰੇ ਕੁਛ ਨਹੀਂ ਜਾਣਦੇ। ਲਗਭਗ ਉੱਦਾਂ ਦਾ ਸੀਨ ਕੈਨੇਡਾ ਦੇ ਵੱਖ ਵੱਖ ਏਅਰਪੋਰਟਸ ਦੇ ਉੱਤੇ ਨਜ਼ਰ ਆ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਇਹ ਮੰਗ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਬੰਦ ਕੀਤਾ ਜਾਵੇ, ਜਾਂ ਘੱਟੋ ਘੱਟ ਹੋਟਲ ਦੇ ਉੱਤੇ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾਣ, ਜਾਂ ਇੰਨੀ ਵਾਰੀ ਜਿਹੜੇ ਟੈਸਟ ਕੀਤੇ ਜਾ ਰਹੇ ਆ ਇਹਨਾਂ ਨੂੰ ਰੋਕਿਆ ਜਾਵੇ। 3-3 ਵਾਰੀ ਟੈਸਟ ਉਹਨਾਂ ਦੇ ਡਿਪਾਰਟ ਕਰਨ ਤੋਂ ਲੈ ਕੇ ਕੈਨੇਡਾ ਦੇ ਵਿੱਚ ਪਹੁੰਚਣ ਤੱਕ ਕੀਤੇ ਜਾ ਰਹੇ ਆ। ਸਰਕਾਰ ਕਹਿ ਰਹੀ ਹੈ ਕਿ ਅਸੀਂ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਕਿਸੇ ਕਿਸਮ ਦਾ ਵਾਇਰਸ ਇੱਥੇ ਨਾ ਪਹੁੰਚੇ, ਪਰ ਜਿਹੜੇ ਲੋਕਾਂ ਦੀਆਂ ਇਹ ਸਮੱਸਿਆਵਾਂ ਹੋਟਲਸ ਦੇ ਵਿੱਚ ਆ ਰਹੀਆਂ ਉਹਨਾਂ ਨੂੰ ਜ਼ਰੂਰ ਸਰਕਾਰ ਨੂੰ ਸੁਣਨਾ ਚਾਹੀਦਾ ਅਤੇ ਜਲਦੀ ਤੋਂ ਜਲਦੀ ਸੁਲਝਾਉਣਾ ਚਾਹੀਦਾ। ਵੈਨਕੂਵਰ ਦੇ ਵਿੱਚ ਟ੍ਰਾਂਜ਼ਿਟ ਪੁਲਿਸ ਇੱਕ ਵਿਅਕਤੀ ਦੀ ਭਾਲ ਕਰ ਰਹੀ ਆ, ਜਿਹਦੀ ਤਸਵੀਰ ਤੁਸੀਂ ਇਸ ਵੇਲੇ ਦੇਖ ਰਹੇ ਹੋ। ਇਹਨੇ ਸਕਾਈ ਟ੍ਰੇਨ ਦੇ ਵਿੱਚ ਇੱਕ ਝਗੜੇ ਤੋਂ ਬਾਅਦ ਇੱਕ ਵਿਅਕਤੀ ਦੇ ਚਾਕੂ ਮਾਰ ਦਿੱਤਾ। ਗੱਲ ਛੋਟੀ ਜਿਹੀ ਸੀ, ਇੱਕ ਸੀਟ ਦੇ ਉੱਤੇ ਬੈਠਣ ਨੂੰ ਲੈ ਕੇ ਝਗੜਾ ਹੋਇਆ। ਸੈਟਰਡੇ ਦੀ ਇਹ ਘਟਨਾ ਆ। 1 ਵਜੇ 67 ਸਾਲ ਦਾ ਇੱਕ ਵਿਅਕਤੀ ਉਹ ਬੋਰਡ ਕੀਤਾ ਸਕੋਟ ਰੋਡ ਸਟੇਸ਼ਨ ਤੋਂ ਸਰੀ ਦੇ ਵਿੱਚ, ਉਹ ਬੈਠਣ ਦੀ ਉਹਨੇ ਕੋਸ਼ਿਸ਼ ਕੀਤੀ ਅਤੇ ਕਿਸੇ ਤਰ੍ਹਾਂ ਉਹ ਦੂਜੇ ਬੈਠੇ ਵਿਅਕਤੀ ਦੇ ਨਾਲ ਲੱਗ ਗਿਆ, ਉਹ ਜਿਹੜਾ ਕਿ ਉਸੇ ਸੀਟ ਦੇ ਉੱਤੇ ਬੈਠਾ ਸੀ। ਜਿਹੜੀ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਦੀ ਸਟੇਟਮੈਂਟ ਆ ਉਹਦੇ ਵਿੱਚ ਦੱਸਿਆ ਗਿਆ, ਜਿਹੜਾ ਵਿਅਕਤੀ ਉੱਥੇ ਬੈਠਣ ਲੱਗਾ ਸੀ ਉਹ ਉਹਦੇ ਉੱਤੇ ਬੈਠਣ ਦੀ ਬਜਾਏ ਜਦੋਂ ਉਹਨੇ ਦੇਖਿਆ ਉਹ ਇਗਨੋਰ ਕਰਕੇ ਕਿਸੇ ਹੋਰ ਸੀਟ ਦੇ ਉੱਤੇ ਜਾ ਕੇ ਬੈਠ ਗਿਆ। ਟ੍ਰੇਨ ਦੇ ਵਿੱਚ ਉਹਨੇ ਵੱਖਰੀ ਸੀਟ ਲੈ ਲਈ। ਉਹਦੇ ਤੋਂ ਬਾਅਦ ਜਿਸ ਵਿਅਕਤੀ ਦੇ ਨਾਲ ਉਹ ਟਕਰਾਇਆ ਸੀ ਜਾਂ ਜਿਹਦੇ ਸੀਟ ਦੇ ਉੱਤੇ ਉਹ ਬੈਠਣ ਲੱਗਾ ਸੀ, ਉਹ ਵਿਅਕਤੀ ਉੱਠ ਕੇ ਆਇਆ ਅਤੇ ਉਸ ਵਿਅਕਤੀ ਦੇ ਨਾਲ ਉਹਨੇ ਜਿਹੜੀ ਆ ਲੜਨਾ ਸ਼ੁਰੂ ਕਰ ਦਿੱਤਾ ਅਤੇ ਉਹਨੂੰ ਕਿਹਾ ਵੀ ਤੂੰ ਮੇਰੇ ਉੱਤੇ ਬੈਠਣ ਲੱਗਾ ਸੀ, ਮਾਫ਼ੀ ਮੰਗ। ਜਿਹੜਾ ਵਿਕਟਮ ਸੀ ਉਹਨੇ ਉਹਨੂੰ ਪਿੱਛੇ ਧੱਕ ਦਿੱਤਾ ਅਤੇ ਪਿੱਛੇ ਧੱਕ ਕੇ ਉਹਨੇ ਨਾਲ ਦੀ ਸੀਟ ਦੇ ਉੱਤੇ ਉਹਨੂੰ ਫੜ ਕੇ ਦੱਬਣ ਦੀ ਕੋਸ਼ਿਸ਼ ਕੀਤੀ ਤਾਂ ਕਿ ਜਦੋਂ ਤੱਕ ਕੋਈ ਉਹਦੇ ਲਈ ਹੈਲਪ ਆਵੇ। ਅਤੇ ਜਦੋਂ ਉਹਨੇ ਦੇਖਿਆ ਕਿ ਉਹਦੀ ਇੱਕ ਤਿੱਖੀ ਚੀਜ਼ ਥੱਲਿਓਂ ਉਹ ਵਿਅਕਤੀ ਥੱਲੇ ਪਿਆ ਚੋਭ ਰਿਹਾ ਆ, ਜਦੋਂ ਉਹਨੇ ਥੱਲੇ ਨੂੰ ਦੇਖਿਆ ਤਾਂ ਉਸ ਵਿਅਕਤੀ ਦੇ ਕੋਲ ਇੱਕ ਚਾਕੂ ਸੀ ਜਿਹੜਾ ਉਹਨੇ ਉਹਦੇ ਮਾਰ ਦਿੱਤਾ। ਇਹਦੇ ਤੋਂ ਬਾਅਦ ਉਹ ਚਾਕੂ ਮਾਰਨ ਵਾਲਾ ਵਿਅਕਤੀ ਦੌੜ ਗਿਆ ਗੇਟਵੇ ਸਟੇਸ਼ਨ ਦੇ ਉੱਤੇ। 67 ਸਾਲਾ ਇਹ ਵਿਅਕਤੀ, ਇਹਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਇਹਦੇ ਜ਼ਖਮ ਨੇ, ਜ਼ਖਮਾਂ ਦਾ ਇਲਾਜ ਕੀਤਾ ਗਿਆ। ਜਿਹੜਾ ਵਿਅਕਤੀ ਦੌੜ ਗਿਆ, ਦੱਸਿਆ ਜਾ ਰਿਹਾ ਕਿ ਇਹਦਾ ਕੱਦ 5 ਫੁੱਟ 7 ਇੰਚ ਦੇ ਲਗਭਗ ਆ, 130 ਪਾਉਂਡ ਦੇ ਕਰੀਬ ਭਾਰ ਆ, ਅਤੇ ਮੁੱਛਾਂ ਇਹਦੇ ਰੱਖੀਆਂ ਆ, ਅਤੇ ਇਹਨੇ ਬਲੈਕ ਜੈਕਟ ਪਾਈ ਆ, ਡਾਰਕ ਹੁੱਡੀ, ਗ੍ਰੇ ਪੈਂਟਸ ਆ। ਅਤੇ ਇਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਇਸ ਘਟਨਾ ਤੋਂ ਬਾਅਦ ਇਸ ਵਿਅਕਤੀ ਬਾਰੇ ਪਤਾ ਹੋਵੇ ਕਿ ਇੱਕ ਸਧਾਰਨ ਜੀ ਗੱਲ, ਟ੍ਰੇਨ ਦੇ ਵਿੱਚ ਸੀਟ ਦੇ ਲੈ ਕੇ ਝਗੜੇ ਤੋਂ ਬਾਅਦ ਚਾਕੂ ਮਾਰ ਦੇਣਾ, ਉਹ ਵੀ ਉਸ ਗੱਲ ਦੇ ਲਈ ਜਦੋਂ ਵਿਅਕਤੀ ਆਪਣੀ ਸੀਟ ਛੱਡ ਕੇ ਦੂਜੇ ਥਾਂ ਦੇ ਉੱਤੇ ਜਾ ਕੇ ਬੈਠ ਚੁੱਕਿਆ, ਜਿਹੜਾ ਕਿ ਬਜ਼ੁਰਗ ਆ, ਉਹਦੇ ਨਾਲ ਲੜਾਈ ਝਗੜਾ ਕਰਨਾ ਅਤੇ ਉਹਨੂੰ ਮਾਫ਼ੀ ਮੰਗਣ ਲਈ ਕਹਿਣਾ, ਫਿਰ ਉਹਦੇ ਚਾਕੂ ਮਾਰਨੇ। ਅਤੇ ਇਸ ਗੱਲ ਦੀ ਪੜਤਾਲ ਪੁਲਿਸ ਬਹੁਤ ਤੇਜ਼ੀ ਨਾਲ ਕਰ ਰਹੀ ਆ। ਤੁਹਾਨੂੰ ਇੱਦਾਂ ਦੇ ਕਿਸੇ ਵਿਅਕਤੀ ਬਾਰੇ ਪਤਾ ਤਾਂ 604-500-16-74-19 ਜਾਂ ਇਹਦੇ ਉੱਤੇ ਕਾਲ ਕਰਕੇ ਜਾਣਕਾਰੀ ਦਿਓ, ਜਾਂ ਤੁਸੀਂ ਟੈਕਸਟ ਕਰ ਸਕਦੇ ਹੋ 8777-77-87-77-77। ਇਸ ਨੰਬਰ ਦੇ ਉੱਤੇ ਤੁਸੀਂ ਟੈਕਸਟ ਕਰ ਸਕਦੇ ਹੋ। ਸ਼ਨੀਵਾਰ 1 ਵਜੇ ਦੇ ਕਰੀਬ ਸਕੋਟ ਰੋਡ ਜਿਹੜਾ ਸਟੇਸ਼ਨ ਆ, ਉੱਥੋਂ ਸਰੀ ਤੋਂ ਇਹ ਵਿਅਕਤੀ ਚੜ੍ਹਿਆ ਸੀ। ਡਿਟੇਲਸ ਉਹ ਕਹਿੰਦੇ ਇਹਦੀਆਂ ਬਹੁਤ ਸਾਰੀਆਂ ਕੰਸਰਨਿੰਗ ਆ, ਬਹੁਤ ਸਾਰੀ ਚਿੰਤਾ ਵਾਲੀ ਗੱਲ ਆ। ਜਿਸ ਕਿਸਮ ਦੀ ਵਾਇਲੈਂਸ, ਜਿਸ ਕਿਸਮ ਦੀ ਹਿੰਸਾ ਇਸ ਵਿਅਕਤੀ ਨੇ ਕੀਤੀ ਆ, ਇੱਕ ਉਹ ਵੀ ਗਲਤੀ ਨਾਲ ਉਹਦੀ ਸੀਟ ਦੇ ਉੱਤੇ ਬੈਠਣ ਤੋਂ ਬਾਅਦ, ਇਹ ਬਹੁਤ ਚਿੰਤਾ ਵਾਲੀ ਗੱਲ ਆ।
ਟ੍ਰਾਂਜ਼ਿਟ ਪੁਲਿਸ ਕਹਿੰਦੇ ਅਸੀਂ ਇਹਨੂੰ ਆਇਡੈਂਟੀਫਾਈ ਕਰਨ ਦੇ ਲਈ ਕਮਿਟਿਡ ਹਾਂ, ਜਲਦੀ ਅਸੀਂ ਆਇਡੈਂਟੀਫਾਈ ਕਰਾਂਗੇ, ਇਹਨੂੰ ਲੱਭਾਂਗੇ ਇਹ ਤੋਂ ਪਹਿਲਾਂ ਕਿ ਇਹ ਕਿਸੇ ਹੋਰ ਨੂੰ ਹਰਟ ਕਰੇ, ਕਿਸੇ ਹੋਰ ਦਾ ਨੁਕਸਾਨ ਕਰੇ। ਪੁਲਿਸ ਇਸ ਗੱਲ ਦੀ ਕੋਸ਼ਿਸ਼ ਦੇ ਵਿੱਚ ਆ ਕਿ ਜਲਦੀ ਤੋਂ ਜਲਦੀ ਇਹਨੂੰ ਲੱਭਿਆ ਜਾਵੇ ਅਤੇ ਸਜ਼ਾ ਦਿੱਤੀ ਜਾਵੇ। ਕੈਨੇਡਾ ਇੱਕ ਵਿਕਸਿਤ ਦੇਸ਼ ਆ ਅਤੇ ਇਹਨਾਂ ਦੇਸ਼ਾਂ ਵੱਲ ਪੂਰੀ ਦੁਨੀਆ ਤੋਂ ਲੋਕ ਆਉਂਦੇ ਆ। ਉਹਨਾਂ ਦਾ ਇੱਕ ਕਾਰਨ ਹੁੰਦਾ ਕਿ ਇੱਥੇ ਘੱਟੋ ਘੱਟ ਮਨੁੱਖੀ ਜੀਵਨ ਦੀ ਕੀਮਤ ਆ ਉਹਨੂੰ ਕਿਸੇ ਵੀ ਕੀਮਤ 'ਤੇ ਬਚਾਇਆ ਜਾਂਦਾ, ਉਹਦੀ ਜਾਨ ਦੀ ਰਾਖੀ ਕੀਤੀ ਜਾਂਦੀ ਹੈ। ਅਤੇ ਖਾਸ ਕਰਕੇ ਜਿਹੜੀਆਂ ਸਿਹਤ ਸੇਵਾਵਾਂ ਨੇ ਕਿ ਕਿਸੇ ਕਿਸਮ ਦੀ ਵੀ ਸਮੱਸਿਆ ਵੇਲੇ ਤੁਸੀਂ 911 ਕਾਲ ਕਰਦੇ ਹੋ, ਐਂਬੂਲੈਂਸ ਤੁਹਾਡੇ ਕੋਲ ਆ ਜਾਂਦੀ ਹੈ ਅਤੇ ਤੁਹਾਨੂੰ ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਦੇਣ ਦੇ ਲਈ ਇਹ ਵਚਨਬੱਧ ਹੁੰਦੀ ਆ। ਪਰ ਪਿਛਲੇ ਦਿਨਾਂ ਦੇ ਵਿੱਚ ਕੁਛ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ। ਕੈਲਗਰੀ ਦੇ ਵਿੱਚ ਇੱਕ 94 ਸਾਲਾ ਔਰਤ ਨੂੰ 911 ਦੀ ਲੋੜ ਸੀ, ਉਹਨੇ ਉੱਥੇ ਕਾਲ ਕੀਤੀ ਪਰ ਇਹ ਹੈਲਪ ਉਹਦੇ ਲਈ ਪਹੁੰਚੀ ਨਹੀਂ। ਪਿਛਲੀਆਂ ਗਰਮੀਆਂ ਦੇ ਵਿੱਚ ਵੈਨਕੂਵਰ ਦੇ ਵਿੱਚ ਜਿਹੜੀਆਂ ਕੁਛ ਘਟਨਾਵਾਂ ਸਾਹਮਣੇ ਆਈਆਂ ਸੀ, ਵੈਨਕੂਵਰ ਮੈਟਰੋ ਵੈਨਕੂਵਰ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੁਛ ਘਟਨਾਵਾਂ ਸਾਹਮਣੇ ਆਈਆਂ ਸੀ ਕਿ ਲੋਕਾਂ ਨੇ 911 ਕਾਲ ਕੀਤੀ ਪਰ 911 ਤੋਂ ਬਾਅਦ ਐਂਬੂਲੈਂਸ ਉੱਥੇ ਨਹੀਂ ਪਹੁੰਚੀ। ਡਿਲੇ ਬਹੁਤ ਸੀ, ਗਰਮੀ ਬਹੁਤ ਬੁਰੀ ਤਰ੍ਹਾਂ ਪੈ ਰਹੀ ਸੀ, ਬਹੁਤ ਸਾਰੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਿਹਨੂੰ ਐਂਬੂਲੈਂਸ ਦੇ ਲਈ ਘੰਟੇ ਤੋਂ ਜ਼ਿਆਦਾ ਵੇਟ ਕਰਨੀ ਪਈ ਸੀ। ਉਹਦੀ ਪਤਨੀ ਨੇ ਬਾਹਰ ਸਟਰੀਟ ਦੇ ਉੱਤੇ ਜਾ ਕੇ ਲੋਕਾਂ ਤੋਂ ਹੈਲਪ ਮੰਗੀ ਸੀ, ਟੈਕਸੀ ਵੀ ਕੋਈ ਨਹੀਂ ਸੀ ਪਹੁੰਚੀ ਅਤੇ ਉਹ ਹੌਸਪੀਟਲ ਤੋਂ 10 ਮਿੰਟ ਦੀ ਦੂਰੀ ਤੋਂ ਹੋਣ ਦੇ ਬਾਵਜੂਦ ਵੀ ਉਹਦੀ ਮੌਤ ਹੋ ਗਈ ਸੀ। ਲਗਭਗ ਇਸ ਤਰ੍ਹਾਂ ਦੀ ਘਟਨਾ ਕੈਲਗਰੀ ਦੇ ਵਿੱਚ ਵਾਪਰੀ ਆ, ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। 94 ਸਾਲਾ ਔਰਤ ਆਪਣੀ ਫਰਸ਼ ਦੇ ਉੱਤੇ ਪਈ ਰਹੀ, ਜਿਹੜੀ ਐਮਰਜੈਂਸੀ ਮੈਡੀਕਲ ਸਰਵਿਸਿਜ਼ ਆ ਜਿਹੜੇ ਰਿਸਪੋਂਡੈਂਟ ਨੇ ਉਹਨਾਂ ਦੀ ਉਡੀਕ ਕਰਦੀ ਕਰਦੀ ਇੱਕ ਘੰਟੇ ਦੇ ਲਗਭਗ ਉਸੇ ਜਗ੍ਹਾ ਦੇ ਉੱਤੇ ਪਈ ਰਹੀ। ਉਸ ਔਰਤ ਦੇ ਪੋਤੇ ਨੇ ਮੀਡੀਆ ਦੇ ਨਾਲ ਅਤੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਟਵੀਟ ਕਰਕੇ ਇਹ ਗੱਲਬਾਤ ਸਾਂਝੀ ਕੀਤੀ ਆ ਕਿ ਇੰਨਾ ਜ਼ਿਆਦਾ ਉਦਾਸ ਅਤੇ ਦੁੱਖ ਦੇਣ ਵਾਲੀ ਇਹ ਘਟਨਾ ਆ ਕਿ ਜਿਹਦੇ ਤੋਂ ਬਾਅਦ ਕੁਛ ਨਾ ਕੁਛ ਕੀਤਾ ਜਾਣਾ ਚਾਹੀਦਾ ਅਤੇ ਅਲਬਰਟਾ ਹੈਲਥ ਸਰਵਿਸ ਦੇ ਉੱਤੇ ਬਹੁਤ ਸਾਰੇ ਸਵਾਲ ਚੱਕੇ ਜਾ ਰਹੇ ਆ। ਇਹ ਟਵੀਟ ਜਿਹੜਾ ਇਸ ਵਿਅਕਤੀ ਨੇ ਕੀਤਾ, ਇਸ 94 ਸਾਲਾ ਔਰਤ ਦੇ ਪੋਤੇ ਨੇ ਕੀਤਾ, ਇਸ ਟਵੀਟ ਵੱਲ ਕੈਲਗਰੀ ਦੇ ਮੇਅਰ ਨਹੀਦ ਨੈਂਸ਼ੀ ਦਾ ਵੀ ਧਿਆਨ ਗਿਆ ਅਤੇ ਉਹਨਾਂ ਨੇ ਵੀ ਇਸ ਗੱਲ ਨੂੰ ਕਬੂਲਿਆ ਆ ਕਿ ਅਲਬਰਟਾ ਹੈਲਥ ਸਰਵਿਸਿਜ਼ AHS EMS ਇਹ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕੇ ਆ, ਕੰਮ ਕਰਨ ਤੋਂ ਖਤਮ ਹੋ ਚੁੱਕੇ ਆ, ਇਹਨੂੰ ਦੁਬਾਰਾ ਠੀਕ ਕਰਨਾ ਚਾਹੀਦਾ, ਇਹਦੇ ਲਈ ਕੁਛ ਨਾ ਕੁਛ ਕੀਤਾ ਜਾਣਾ ਚਾਹੀਦਾ। ਉਹ ਕਹਿੰਦੇ ਫਾਇਰ ਫਾਈਟਰਸ ਕੁਛ ਮਿੰਟ ਦੇ ਵਿੱਚ ਲੋੜ ਵਾਲੀ ਥਾਂ ਦੇ ਉੱਤੇ ਪਹੁੰਚਣੇ ਚਾਹੀਦੇ ਆ। ਹੋਇਆ ਕਿ ਜਦੋਂ ਡਿਸਪੈਚਰਸ ਨੂੰ ਕਾਲ ਕੀਤੀ ਗਈ, ਉਹਨਾਂ ਨੇ ਪਰਿਵਾਰ ਨੂੰ ਕਿਹਾ ਕਿ ਤੁਸੀਂ ਉਹਨੂੰ ਨਾ, ਜੇ ਔਰਤ ਡਿੱਗ ਪਈ ਆ ਫਰਸ਼ ਦੇ ਉੱਤੇ ਇਹਨੂੰ ਮੂਵ ਨਹੀਂ ਕਰਨਾ, ਇਹਨੂੰ ਫੀਡ ਨਹੀਂ ਕਰਨਾ ਅਤੇ ਜਿੰਨਾ ਚਿਰ ਐਂਬੂਲੈਂਸ ਤੁਹਾਡੇ ਕੋਲ ਨਹੀਂ ਆਉਂਦੀ। ਆਮ ਤੌਰ ਦੇ ਉੱਤੇ ਇਹੀ ਹਦਾਇਤਾਂ ਸਾਨੂੰ 911 ਉੱਤੇ ਕਾਲ ਕਰਨ ਤੋਂ ਬਾਅਦ ਮਿਲਦੀਆਂ ਹੈ ਕਿ ਤੁਸੀਂ ਆਪਣੇ ਦਰਵਾਜ਼ੇ ਖੋਲ੍ਹ ਦਿਓ, ਲਾਈਟ ਔਨ ਕਰ ਦਿਓ, ਇਹਨੂੰ ਹਿਲਾਓ ਨਾ, ਹਵਾ ਆਉਣ ਦਿਓ, ਪਰ ਇਹਨੂੰ ਇੱਥੋਂ ਮੂਵ ਨਾ ਕਰੋ। ਅਤੇ ਮੂਵ ਨਾ ਕਰੋ ਇੱਕ ਦੋ ਮਿੰਟ ਲਈ ਹੋ ਸਕਦਾ, ਪਰ ਇੱਕ ਘੰਟਾ ਐਂਬੂਲੈਂਸ ਨਹੀਂ ਆਈ ਅਤੇ ਇੱਕ ਘੰਟਾ ਹੀ ਉਹ ਔਰਤ ਉੱਥੇ ਫਰਸ਼ ਦੇ ਉੱਤੇ ਪਈ ਤੜਫਦੀ ਰਹੀ, ਕੁਛ ਵੀ ਹੋ ਸਕਦਾ ਸੀ। ਸੋ ਇੱਕ ਘੰਟਾ ਜਿਹੜਾ ਐਮਰਜੈਂਸੀ ਰਿਸਪੋਂਸ ਦੇ ਪਹੁੰਚਣ ਦੇ ਲਈ ਜਿਹੜੀ ਇੱਕ ਬਹੁਤ ਹੀ ਮਾੜੀ ਸਿਚੁਏਸ਼ਨ ਦੱਸੀ ਜਾ ਰਹੀ ਆ। ਪਰਿਵਾਰ ਇਹ ਕਹਿ ਰਿਹਾ ਕਿ ਜਿਹੜੇ ਪੈਰਾਮੈਡਿਕ ਸੀ ਜਦੋਂ ਉਹ ਪਹੁੰਚੇ ਤਾਂ ਉਹ ਬਹੁਤ ਕਮਾਲ ਦੇ ਸੀ, ਉਹਨਾਂ ਨੇ ਬਹੁਤ ਮਦਦ ਕੀਤੀ, ਸਾਂਭਿਆ, ਸਾਰਾ ਕੁਛ ਕੀਤਾ, ਪਰ ਜੇ ਉਹਨਾਂ ਦੇ ਪਹੁੰਚਣ ਦੇ ਵਿਚਕਾਰਲੇ ਟਾਈਮ ਦੇ ਵਿੱਚ ਕੋਈ ਨਾ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਸੀ? ਹੁਣ ਮਾਮਲਾ ਕੀ ਆ? 911 ਕਾਲ ਕਰਨ ਤੋਂ ਬਾਅਦ ਉੱਥੇ ਜਿਹੜੀ ਹੈਲਪ ਆ ਉਹ ਕਿਉਂ ਨਹੀਂ ਪਹੁੰਚ ਰਹੀ? ਦੱਸਿਆ ਜਾ ਰਿਹਾ ਕਿ ਇਹਨਾਂ ਉਹਨਾਂ ਲੋਕਾਂ ਦਾ ਕਸੂਰ ਨਹੀਂ ਹੈ ਜਿਹੜੇ ਕੰਮ ਕਰ ਰਹੇ ਆ, ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਪ੍ਰਾਇਓਰਟਾਈਜ਼ ਕਰਨਾ ਹੁੰਦਾ ਕਿ ਪਹਿਲ ਕਿਹਨੂੰ ਦੇਣੀ ਆ, ਦੂਜ ਕਿਹਨੂੰ ਦੇਣੀ ਆ ਅਤੇ ਕਿੱਥੇ ਕੇਸ ਵੇਲੇ ਜਾਣਾ। ਅਸਲ ਦੇ ਵਿੱਚ ਉੱਥੇ ਸਟਾਫ ਦੀ ਘਾਟ ਆ, ਜਿੰਨੇ ਵਰਕਰ ਉੱਥੇ ਕੰਮ ਕਰਨ ਦੇ ਲਈ EMS ਸਟਾਫ ਦੇ ਵਿੱਚ ਚਾਹੀਦੇ ਆ ਉਹ ਨਹੀਂ ਆ। ਉਹ ਕਹਿੰਦੇ ਇਸ ਵੀਕਐਂਡ ਦੇ ਉੱਤੇ 11 ਰੈੱਡ ਅਲਰਟ ਆਏ EMS ਨੂੰ, ਜਿਹਦਾ ਮਤਲਬ ਆ ਕਿ ਐਂਬੂਲੈਂਸ ਅਵੇਲੇਬਲ ਹੈ ਨਹੀਂ ਸੀ 11 ਕਮਿਊਨਿਟੀਜ਼ ਦੇ ਲਈ। ਸੋ ਕੈਲਗਰੀ ਅਤੇ ਐਡਮਿੰਟਨ ਦੋਵਾਂ ਥਾਵਾਂ ਦੇ ਉੱਤੇ ਕਿਹਾ ਜਾ ਰਿਹਾ ਕਿ ਜਿਹੜੀ EMS ਦੀ ਸਟਾਫਿੰਗ ਦੀ ਸ਼ੋਰਟੇਜ ਆ ਉਹਨੂੰ ਇਮੀਡੀਏਟਲੀ ਕਿਸੇ ਨਾ ਕਿਸੇ ਤਰ੍ਹਾਂ ਐਡਰੈਸ ਕਰਨਾ ਚਾਹੀਦਾ, ਉਹਨੂੰ ਠੀਕ ਠਾਕ ਕਰਨਾ ਚਾਹੀਦਾ, ਨਹੀਂ ਤਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਭਵਿੱਖ ਦੇ ਵਿੱਚ ਵੀ ਆ ਸਕਦੀਆਂ। ਉਹ ਕਹਿੰਦੇ ਜਿਹੜੀ ਕੁਛ ਥਾਂ ਦੇ ਉੱਤੇ ਜਿਹੜੀ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਤਾਂ ਕਿ ਇਹਨਾਂ ਲੋਕਾਂ ਤੱਕ ਸੌਖਿਆਂ ਪਹੁੰਚਿਆ ਜਾ ਸਕੇ। ਕਈ ਵਾਰੀ ਸਮੱਸਿਆਵਾਂ ਆਉਂਦੀਆਂ ਕਿ ਐਂਬੂਲੈਂਸ ਪਹੁੰਚਣ ਦਾ ਜੇ 9 ਮਿੰਟ ਦਾ ਐਵਰੇਜ ਟਾਈਮ ਹੁੰਦਾ ਉਹਦੇ ਵਿੱਚ ਡਿਲੇ ਹੋ ਰਹੀ ਆ, ਕਈ ਥਾਵਾਂ ਦੇ ਉੱਤੇ ਅੱਧਾ ਅੱਧਾ ਘੰਟਾ ਨਹੀਂ ਪਹੁੰਚ ਰਹੀਆਂ, ਅਤੇ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ
ਇੱਕ ਇੱਕ ਘੰਟਾ ਵੀ ਐਂਬੂਲੈਂਸ ਨਹੀਂ ਪਹੁੰਚ ਰਹੀ। ਉਹ ਕਹਿੰਦੇ ਅਸੀਂ ਇਸ ਕਾਲ ਨੂੰ ਰਿਵਿਊ ਵੀ ਕਰ ਰਹੇ ਹਾਂ ਅਤੇ ਦੇਖ ਰਹੇ ਹਾਂ ਕਿ ਇਹ ਕੰਸਰਨ ਕੀ ਸੀ, ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਆ, ਪਰ ਲਗਾਤਾਰ ਐਮਰਜੈਂਸੀ ਕਾਲਸ ਦੇ ਵਿੱਚ ਕੈਲਗਰੀ ਦੇ ਵਿੱਚ ਵਾਧਾ ਹੋ ਰਿਹਾ ਪਿਛਲੇ ਕਈ ਮਹੀਨਿਆਂ ਤੋਂ। ਫੈਕਟਰ ਉਹ ਕਹਿੰਦੇ ਬਹੁਤ ਸਾਰੇ ਆ, ਇਹਦੇ ਵਿੱਚ ਕੋਵਿਡ-19 ਪੈਂਡੈਮਿਕ ਵੀ ਆ, ਇੱਕ ਓਪੀਅਡ ਨਸ਼ੇ ਦੀ ਮਾਰ ਉਹਨੇ ਬੁਰਾ ਹਾਲ ਕੀਤਾ ਐਮਰਜੈਂਸੀ ਕਾਲਸ ਜਿਹੜੀਆਂ, ਜਿਹੜੇ ਲੋਕ ਨੋਰਮਲ ਲੈਵਲ ਦੀ ਐਕਟੀਵਿਟੀ ਦੇ ਉੱਤੇ ਆ ਰਹੇ ਉਹਨਾਂ ਦੀਆਂ ਬਹੁਤ ਸਾਰੀਆਂ ਹੈਗੀਆਂ। ਇਹਨਾਂ ਸਾਰੀਆਂ ਕਾਲਸ ਅਤੇ ਜਿਹੜੀ ਸਟਾਫ ਦੀ ਇਲਨੈਸ ਆ, ਲਗਾਤਾਰ ਕੰਮ ਕਰਕੇ ਉਹਨਾਂ ਦੀ ਥਕਾਵਟ ਆ, ਇਹ ਸਾਰਾ ਕੁਛ ਕੰਟਰੀਬਿਊਟ ਕਰ ਰਿਹਾ ਕਿ ਇੱਕ ਇੱਕ ਘੰਟੇ ਤੱਕ ਵੀ ਜਿਹੜੇ ਐਂਬੂਲੈਂਸ ਆ ਉਹ ਲੋਕਾਂ ਤੱਕ ਪਹੁੰਚ ਨਹੀਂ ਰਹੀ ਜਿੱਥੇ ਇਹ ਪਹੁੰਚਣੀ ਚਾਹੀਦੀ ਸੀ। ਇਸ ਚੀਜ਼ ਨੇ ਦੱਸਿਆ ਜਾ ਰਿਹਾ ਕਿ ਅਸੀਂ ਜਦੋਂ ਪ੍ਰਬੰਧਕਾਂ ਦੇ ਨਾਲ ਗੱਲ ਕੀਤੀ ਜਾ ਰਹੀ ਉਹ ਕਹਿੰਦੇ ਅਸੀਂ ਉਸ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਜਿੱਥੇ 1.5 million ਲੋਕ ਆ ਅਤੇ ਐਂਬੂਲੈਂਸ ਨਹੀਂ ਅਵੇਲੇਬਲ ਬਹੁਤ ਸਾਰੇ ਸਮਿਆਂ ਦੇ ਵਿੱਚ ਵੀਕਐਂਡ ਦੇ ਉੱਤੇ। ਉਹ ਕਹਿੰਦੇ ਅਸੀਂ ਇਹਨੂੰ ਕਿਸੇ ਤਰ੍ਹਾਂ ਸਟਾਫ ਦੀ ਘਾਟ ਨੂੰ ਪੂਰਾ ਕੀਤੇ ਬਿਨਾਂ ਇਸ ਸਮੱਸਿਆ ਨੂੰ ਐਡਰੈਸ ਨਹੀਂ ਕੀਤਾ ਜਾ ਸਕਦਾ। ਇਹ ਵਿਕਸਿਤ ਦੇਸ਼ ਕੈਨੇਡਾ ਬਾਰੇ ਮੁਲਕ ਜਿਹੜੇ ਇਸੇ ਗੱਲ ਕਰਕੇ ਜਾਣੇ ਜਾਂਦੇ ਆ ਕਿ ਜੇ ਕਿਸੇ ਵਿਅਕਤੀ ਨੂੰ ਸਮੱਸਿਆ ਹੋਵੇ ਤਾਂ ਉਹ ਸਮੱਸਿਆ ਹੱਲ ਕਰਨ ਦੇ ਲਈ ਤੁਸੀਂ 911 ਕਾਲ ਕਰੋ ਤਾਂ ਕੁਛ ਮਿੰਟਾਂ ਦੇ ਵਿੱਚ ਹੀ ਸਹਾਇਤਾ ਤੁਹਾਡੇ ਕੋਲ ਪਹੁੰਚ ਜਾਂਦੀ ਆ। ਜੇਕਰ ਉੱਥੇ ਵੀ ਇੱਕ ਇੱਕ ਘੰਟਾ ਵੇਟ ਕਰਨੀ ਪੈਣੀ ਆ ਤਾਂ ਫਿਰ ਸਵਾਲ ਇਸ ਪ੍ਰਬੰਧ ਦੇ ਉੱਤੇ ਉੱਠਣੇ ਜ਼ਰੂਰੀ ਨੇ। ਜਦੋਂ ਦਾ ਕੋਵਿਡ-19 ਆਇਆ ਇਹਦੇ ਤੋਂ ਬਾਅਦ ਇਹਦੀ ਵੈਕਸੀਨ ਆਈ, ਇਹਦੀ ਵੈਕਸੀਨ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲੀਆਂ। ਫਿਰ ਵੈਕਸੀਨ ਨੂੰ ਐਮਰਜੈਂਸੀ ਅਪਰੂਵਲ ਦਿੱਤੀ ਗਈ, ਲੋਕਾਂ ਦੇ ਵਿੱਚ ਹੈਜ਼ੀਟੈਂਸੀ ਹੋ ਗਈ ਕਿ ਵੈਕਸੀਨ ਜਿਹੜੀ ਆ ਇਹ ਨੁਕਸਾਨ ਕਰ ਸਕਦੀ ਆ, ਪਰ ਹੌਲੀ ਹੌਲੀ ਲੋਕਾਂ ਨੇ ਵੈਕਸੀਨ ਲਵਾਉਣੀ ਸ਼ੁਰੂ ਕਰ ਦਿੱਤੀ। ਇਹਦੇ ਨਾਲ ਨਾਲ ਹੀ ਇਸ ਵਾਇਰਸ ਦਾ ਇਲਾਜ ਵੀ ਲੱਭਣਾ ਸ਼ੁਰੂ ਹੋ ਗਿਆ ਕਿ ਜੇਕਰ ਕਿਸੇ ਨੂੰ ਕੋਵਿਡ ਹੋ ਹੀ ਜਾਂਦਾ ਉਸ ਵੇਲੇ ਤਾਂ ਵੈਕਸੀਨ ਬਚਾਅ ਨਹੀਂ ਕਰ ਸਕਦੀ। ਵੈਕਸੀਨ ਤਾਂ ਇੱਕ ਤੰਦਰੁਸਤ ਬੰਦੇ ਦੇ, ਸਿਹਤਮੰਦ ਬੰਦੇ ਦੇ ਬਿਮਾਰੀ ਹੋਣ ਤੋਂ ਪਹਿਲਾਂ ਇਸ ਕਰਕੇ ਲਾਈ ਜਾਂਦੀ ਆ ਕਿ ਜੇ ਉਹਨੂੰ ਬਿਮਾਰੀ ਹੁੰਦੀ ਆ ਤਾਂ ਉਹਦੇ ਸਰੀਰ ਦੇ ਵਿੱਚ ਉਸ ਬਿਮਾਰੀ ਨਾਲ ਲੜਨ ਦੀ ਸਮਰੱਥਾ ਪੈਦਾ ਹੋ ਜਾਵੇ ਅਤੇ ਉਹ ਵਿਅਕਤੀ ਦਾ ਕੋਈ ਵੀ ਨੁਕਸਾਨ ਨਾ ਹੋਵੇ। ਪਰ ਜੇ ਇਸ ਵਿਅਕਤੀ ਨੂੰ ਕੋਵਿਡ ਹੋ ਹੀ ਗਿਆ ਉਹਦਾ ਕੀ ਕੀਤਾ ਜਾਣਾ ਚਾਹੀਦਾ, ਉਹਦੇ ਲਈ ਇੱਕ ਮਰਕ ਕੰਪਨੀ ਨੇ ਦਵਾਈ ਬਣਾਈ ਆ ਕੋਵਿਡ-19 ਦੀ ਐਂਟੀਵਾਇਰਲ ਮੈਡੀਕੇਸ਼ਨ, ਅਤੇ ਹੁਣ ਉਹ ਦਵਾਈ ਦੀ ਖੋਜ ਜਿਹਨੂੰ ਅਪਰੂਵ ਕਰ ਦਿੱਤਾ ਗਿਆ, ਕੈਨੇਡਾ ਨੇ ਇਸ ਕੰਪਨੀ ਦੇ ਨਾਲ ਡੀਲ ਸਾਈਨ ਕਰ ਲਈ ਆ ਕਿ ਤੁਸੀਂ ਇਹ ਦਵਾਈ ਸਾਡੇ ਦੇਸ਼ ਦੇ ਵਿੱਚ ਬਣਾਓਗੇ, ਭਾਵ ਜੇ ਕਿਸੇ ਨੂੰ ਕੋਵਿਡ ਹੋ ਵੀ ਜਾਂਦਾ ਤਾਂ ਉਹਨੂੰ ਹੌਸਪੀਟਲ ਜਾਣ ਦੀ ਲੋੜ ਨਾ ਪਵੇ, ਉਹਦੀ ਮੌਤ ਨਾ ਹੋਵੇ, ਬਿਮਾਰੀ ਉਹਨੂੰ ਤੰਗ ਨਾ ਕਰੇ। ਕੰਪਨੀ ਇਸ ਵੇਲੇ ਇੱਕ ਐਗਰੀਮੈਂਟ ਦੇ ਵਿੱਚ ਥਰਮੋਫਿਸ਼ਰ ਸਾਇੰਟਿਫਿਕ ਜਿਹੜੇ ਥਾਂ ਆ ਉੱਥੇ ਮੈਨੂਫੈਕਚਰ ਕਰਨ ਦੇ ਲਈ ਇਹ ਸਹਿਮਤ ਹੋ ਗਈ ਆ ਵਿਟਬੀ ਅੰਟਾਰੀਓ ਦੇ ਵਿੱਚ। ਐਂਟੀਵਾਇਰਲ ਮੈਡੀਸਨ ਦੱਸਦੇ ਆ ਕਿ ਕੈਨੇਡਾ ਦੇ ਵਿੱਚ ਅਤੇ UK ਦੇ ਵਿੱਚ ਡਿਸਟ੍ਰੀਬਿਊਟ ਕੀਤੀ ਜਾਣੀ ਹੈ, ਯੂਰਪ ਦੀਆਂ ਦੂਜੇ ਦੇਸ਼ਾਂ ਦੇ ਵਿੱਚ ਵੀ, ਏਸ਼ੀਆ ਦੇ ਵਿੱਚ ਵੀ, ਲੈਟਿਨ ਅਮੈਰੀਕਾ ਦੇ ਵਿੱਚ ਵੀ, ਅਤੇ ਇਹਨੂੰ ਇਹਨਾਂ ਸਾਰੀਆਂ ਥਾਵਾਂ ਦੇ ਉੱਤੋਂ ਜਦੋਂ ਜਦੋਂ ਜਿਹੜੀ ਆ ਹਰੀ ਝੰਡੀ ਮਿਲੀ ਜਾਂਦੀ ਹੈ ਇਹਨੇ ਇਹਨਾਂ ਦੇਸ਼ਾਂ ਦੇ ਵਿੱਚ ਚਲੇ ਜਾਣਾ। ਇਹ ਡਰੱਗ ਮਾਈਲਡ ਤੋਂ ਮੋਡਰੇਟ, ਮਤਲਬ ਬਹੁਤ ਘੱਟ ਤੋਂ ਵਿਚਕਾਰਲੇ ਜਾਂ ਦਰਜੇ ਦੇ ਕੋਵਿਡ-19 ਨਾਲ ਜੇ ਕੋਈ ਬਿਮਾਰ ਹੋ ਜਾਂਦਾ ਤਾਂ ਉਹਦੀ ਟ੍ਰੀਟਮੈਂਟ ਦੇ ਲਈ ਵਰਤੀ ਜਾਊਗੀ। ਤੁਹਾਨੂੰ ਯਾਦ ਹੋਊਗਾ ਜਦੋਂ ਕੋਵਿਡ-19 ਦੀ ਵੈਕਸੀਨ ਨਹੀਂ ਆਈ ਸੀ ਉਸ ਵੇਲੇ ਵੀ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਸਮੇਤ ਅਮੈਰੀਕਾ ਦੇ ਤਜਰਬੇ ਕੀਤੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਕੋਈ ਜਿਹੜੀ ਰੈਮਡੇਸੀਵੀਅਰ ਵਰਗੀ ਦਵਾਈ ਆ, ਕੋਈ ਮੈਡੀਸਨ ਆ, ਉਹਨੂੰ ਲਿਆਂਦਾ ਜਾਵੇ। ਕਈ ਵਾਰੀ ਮਿਲੀਅਨਸ ਆਫ ਡੋਲਰ ਜਿਹੜੀਆਂ ਡੋਜ਼ ਸੀਗੀਆਂ ਉਹ ਆਰਡਰ ਵੀ ਕੀਤੀਆਂ ਗਈਆਂ ਸੀ, ਪਰ ਉਹਦੇ ਤੋਂ ਬਾਵਜੂਦ ਵੀ ਇਹਦਾ ਹੱਲ ਨਹੀਂ ਲੱਭ ਰਿਹਾ ਸੀ, ਅਤੇ ਹੁਣ ਮਰਕ ਕੰਪਨੀ ਨੇ ਇਹ ਹੱਲ ਲੱਭਿਆ ਹੈ ਅਤੇ ਮਰਕ ਕੰਪਨੀ ਇਸ ਵੇਲੇ ਓਨਟੈਰੀਓ ਦੇ ਵਿੱਚ ਇਹ ਦਵਾਈ ਬਣਾਉਣੀ ਸ਼ੁਰੂ ਕਰੂਗੀ। ਇਹ ਅਨਾਊਂਸਮੈਂਟ ਕੁਛ ਦਿਨ ਬਾਅਦ ਹੀ ਹੋਈ ਹੈ ਜਦੋਂ ਮਰਕ ਨੇ ਡੀਲ ਸਾਈਨ ਕੀਤੀ ਹੈ ਫੈਡਰਲ ਗੌਰਮੈਂਟ ਦੇ ਨਾਲ, ਕੈਨੇਡਾ ਦੇ ਨਾਲ, ਕਿ ਇਹ ਕੈਨੇਡਾ ਦੇ ਲਈ 5 ਲੱਖ ਜਿਹੜੇ ਪੇਸ਼ੈਂਟ ਕੋਰਸਿਸ ਨੇ ਉਹਨਾਂ ਨੂੰ ਰਾਖਵੀਂ ਰੱਖੂਗਾ। ਭਾਵ ਜਿੰਨੇ ਚਿਰ ਨੂੰ ਕੈਨੇਡਾ ਦੇ ਵਿੱਚ ਓਨਟੈਰੀਓ ਦੇ ਵਿੱਚ ਮਰਕ ਕੰਪਨੀ ਨੇ ਕੋਵਿਡ-19 ਦਾ ਇਲਾਜ ਕਰਨ ਵਾਲੀ ਇਹ ਗੋਲੀ ਬਣਾਉਣੀ ਸ਼ੁਰੂ ਕਰਨੀ ਹੈ, ਇਹ ਕੋਰਸ ਸ਼ੁਰੂ ਕਰਨਾ ਹੈ ਜਿਹੜਾ ਵਿਅਕਤੀ ਨੂੰ ਦਿੱਤਾ ਜਾਣਾ ਜਦੋਂ ਉਹਨੂੰ ਕੋਵਿਡ-19 ਹੋਊਗਾ, ਉਹਦੇ ਤੋਂ ਪਹਿਲਾਂ ਫੈਡਰਲ ਸਰਕਾਰ ਇਸ ਕੰਪਨੀ ਦੇ ਨਾਲ ਇਹ ਡੀਲ ਸਾਈਨ ਕਰ ਚੁੱਕੀ ਹੈ ਕਿ ਤੁਸੀਂ ਸਾਡਾ 5 ਲੱਖ ਦਾ ਆਰਡਰ ਲੈ ਲਓ, 5 ਲੱਖ ਦਵਾਈ ਜਿਹੜੀ ਹੈ ਇਹ ਸਾਨੂੰ ਦੇ ਦਿੱਤੀ ਜਾਵੇ ਇਲਾਜ ਕਰਨ ਦੇ ਲਈ। ਇਹ ਵੀ ਆ, ਇੱਕ ਹਫ਼ਤਾ ਪਹਿਲਾਂ ਲਗਭਗ ਅਮਰੀਕਾ ਦੇ ਵਿੱਚ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਸ ਅਨੈਲਿਸਿਸ ਦੇ ਉੱਤੇ ਪਹੁੰਚੇ ਸੀ ਕਿ ਜਿਹੜੀ ਇਹ ਰੇਡਬੈਕ ਬਾਇਓਥਰੋਪੈਟਿਕਸ ਦੇ ਨਾਲ ਕੋਲੈਬੋਰੇਸ਼ਨ ਦੇ ਨਾਲ ਮਰਕ ਕੰਪਨੀ ਦਵਾਈ ਬਣਾ ਰਹੀ ਆ, ਉਹਨਾਂ ਨੇ ਇਹਨੂੰ ਹਰੀ ਝੰਡੀ ਦਿੱਤੀ ਸੀ, ਅਤੇ ਪਰ ਇਹਦੇ ਨਾਲ ਨਾਲ ਇਹ ਵੀ ਕਿਹਾ ਸੀ ਕਿ ਇਸ ਦਵਾਈ ਦੇ ਨਾਲ ਬਹੁਤ ਸਾਰੇ ਸਵਾਲ ਨੇ ਜਿਹਨਾਂ ਦਾ ਜਵਾਬ ਮਿਲਣਾ ਚਾਹੀਦਾ। ਉਹਨਾਂ ਨੇ ਇਹਦੇ ਵਿੱਚ ਰਿਸਕ ਕੁਛ ਦੱਸੇ ਸੀ ਕਿ ਜਿਹੜਾ ਕੋਈ ਜੇ ਕਿਸੇ ਵਿਅਕਤੀ ਨੂੰ, ਕਿਸੇ ਔਰਤ ਨੂੰ ਦਿੱਤਾ ਜਾਂਦਾ ਅਤੇ ਉਹਦੀ ਕੁੱਖ ਦੇ ਵਿੱਚ ਬੱਚਾ ਪਲ ਰਿਹਾ,
ਉਹਦੇ ਉੱਤੇ ਇਹਦਾ ਕੀ ਅਸਰ ਆ, ਉਹਦੇ ਉੱਤੇ ਇਹਦਾ ਕੀ ਅਸਰ ਹੋ ਸਕਦਾ, ਜਾਂ ਜਦੋਂ ਉਹਨੂੰ ਕੋਵਿਡ ਦੇ ਦੌਰਾਨ ਕਿਸੇ ਪ੍ਰੈਗਨੈਂਟ ਔਰਤ ਨੂੰ ਇਹ ਮਰਕ ਦੀ ਪਿੱਲ ਦਿੱਤੀ ਜਾਂਦੀ ਆ, ਉਹਦੇ ਤੋਂ ਬਾਅਦ ਜਿਹੜਾ ਬੱਚਾ ਜਨਮ ਲੈਂਦਾ ਉਹਦੇ ਉੱਤੇ ਕੋਈ ਡਿਫੈਕਟ ਆਉਂਦਾ ਕਿ ਨਹੀਂ? ਇਹ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਟੱਡੀਜ਼ ਐਨੀਮਲਸ ਦੇ ਵਿੱਚ ਕੀਤੀਆਂ ਗਈਆਂ, ਜਿਹੜੀਆਂ ਬਹੁਤ ਸਾਰੇ ਸਵਾਲ ਪੈਦਾ ਕਰਦੀਆਂ ਕਿ ਇਹ ਡਿਫੈਕਟਸ ਐਨੀਮਲਸ ਦੇ ਵਿੱਚ ਆ ਸਕਦੇ ਆ, ਆਉਂਦੇ ਆ, ਅਤੇ ਫਿਰ ਕੀ ਇਹ ਹਿਊਮਨ ਬੀਂਗਸ ਦੇ ਵਿੱਚ ਆਉਣਗੇ ਜਾਂ ਨਹੀਂ? ਇਹ ਸਵਾਲ ਕੁਝ ਅਜੇ ਇਸ ਦਵਾਈ ਦੇ ਮਾਮਲੇ ਦੇ ਵਿੱਚ ਉਸੇ ਤਰ੍ਹਾਂ ਅਣਸੁਲਝੇ ਨੇ। FDA ਨੇ ਕਿਹਾ ਸੀ ਕਿ ਇੱਕ ਇੰਡੀਪੈਂਡੈਂਟ ਜਿਹੜੇ ਐਡਵਾਈਜ਼ਰਸ ਨੇ ਉਹ ਇਸ ਡਰੱਗ ਦੇ ਬੈਨੀਫਿਟ ਅਤੇ ਰਿਸਕ ਨੂੰ ਲੈ ਕੇ ਕੈਲਕੂਲੇਟ ਕਰਨਗੇ। ਨਵੰਬਰ ਦੇ ਸ਼ੁਰੂ ਦੇ ਵਿੱਚ UK ਪਹਿਲਾ ਦੇਸ਼ ਬਣ ਗਿਆ ਸੀ ਜਿਹਨੇ ਮਰਕ ਦੀ ਇਸ ਟ੍ਰੀਟਮੈਂਟ ਨੂੰ ਓਕੇ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜੀ ਠੀਕ ਆ ਅਤੇ ਅਸੀਂ ਲੋਕਾਂ ਦੇ ਇਲਾਜ ਦੇ ਲਈ ਇਹਨੂੰ ਵਰਤਾਂਗੇ। ਅਮੈਰੀਕਾ ਇਸ ਉੱਤੇ ਰਿਵਿਊ ਕਰਨ ਦੇ ਲਈ ਲਗਾਤਾਰ ਰਿਵਿਊ ਹੋਰ ਵੀ ਕਰ ਰਿਹਾ ਅਤੇ ਨਾਲ ਹੀ ਕੈਨੇਡਾ ਵੀ, ਪਰ ਕੈਨੇਡਾ ਦੁਆਰਾ 500,000 ਮਰਕ ਦੀ ਇਸ ਮਰਕ ਕੰਪਨੀ ਦੀ ਇਸ ਪਿੱਲ ਦਾ ਆਰਡਰ ਦੇਣਾ ਅਤੇ ਆਰਡਰ ਦੇਣ ਤੋਂ ਬਾਅਦ ਇਹਦੇ ਨਾਲ ਇਹ ਗੱਲ ਕਰਨੀ ਕਿ ਇਹਦਾ ਜਿਹੜੀ ਪ੍ਰੋਡਕਸ਼ਨ ਆ ਉਹ ਕੈਨੇਡਾ ਦੇ ਵਿੱਚ ਓਨਟੈਰੀ ਦੇ ਵਿੱਚ ਸ਼ੁਰੂ ਹੋ ਜਾਵੇ, ਇਹ ਇੱਕ ਚੰਗੀ ਗੱਲ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਾਇਰਸ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਇਹਦੇ ਨਾਲ ਵੱਡੀ ਮਦਦ ਜ਼ਰੂਰ ਮਿਲੇਗੀ। ਕੈਨੇਡਾ ਦੇ ਵਿੱਚ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ, ਚਾਹੇ ਵੈਨਕੂਵਰ ਆ ਅਤੇ ਚਾਹੇ ਟੋਰੋਂਟੋ ਆ, ਇਹਨਾਂ ਦੋਵਾਂ ਥਾਵਾਂ ਦੇ ਉੱਤੇ ਓਪੀਓਇਡ ਕ੍ਰਾਈਸਿਸ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਅਤੇ ਇਹਨਾਂ ਮੌਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਇਹਦਾ ਹੱਲ ਕੀ ਕੀਤਾ ਜਾਵੇ? ਦੱਸਿਆ ਜਾ ਰਿਹਾ ਕਿ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦੇ ਬਹੁਤ ਸਾਰੇ ਕਾਰਨ ਨੇ। ਬਾਰਡਰ ਤੋਂ ਦੂਜੇ ਪਾਸਿਓਂ ਜਿਹੜੀ ਡਰੱਗ ਆਉਂਦੀ ਹੈ, ਜਿਹੜੀ ਡਰੱਗ ਇੱਥੇ ਬਣਾਈ ਜਾਂਦੀ ਆ, ਕਈ ਕਾਰਨਾਂ ਕਰਕੇ ਜਿਹੜੀ ਇਹ ਗਲਤ ਕਿਸਮ ਦੀ ਲੋਕ ਨੇ ਇਹ ਕੈਨੇਡਾ ਦੇ ਇਸ ਮਾਹੌਲ ਨੂੰ ਖਰਾਬ ਕਰ ਰਿਹਾ। ਹੁਣ ਇਸ ਵੇਲੇ ਟੋਰੋਂਟੋ ਦੇ ਬੋਰਡ ਆਫ ਹੈਲਥ ਨੇ ਇੱਕ ਵੋਟ ਪਾਈ ਆ, ਸਹਿਮਤੀ ਪੈਦਾ ਕੀਤੀ ਆ, ਸਰਵਸੰਮਤੀ ਕੀਤੀ ਆ ਫੈਡਰਲ ਸਰਕਾਰ ਨੂੰ ਬੇਨਤੀ ਕਰਨ ਦੇ ਲਈ ਕਿ ਜਿਹੜੀਆਂ ਛੋਟੀਆਂ ਛੋਟੀਆਂ ਨਸ਼ੇ ਦੀਆਂ ਚੀਜ਼ਾਂ ਨੇ ਜਾਂ ਛੋਟੀਆਂ ਛੋਟੀਆਂ ਡਰੱਗਸ ਨੇ, ਛੋਟੇ ਮੋਟੇ ਨਸ਼ੇ ਨੇ, ਇਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰ ਦਿੱਤਾ ਜਾਵੇ। ਭਾਵ ਜੇ ਕੋਈ ਵਿਅਕਤੀ ਇਹ ਨਸ਼ਾ ਖਾਣ ਦੇ ਪਰਪਸ ਨਾਲ ਆਪਣੇ ਕੋਲ ਰੱਖਦਾ ਆ, ਕੋਈ ਜ਼ਿਆਦਾ ਅਮਾਊਂਟ ਦੇ ਵਿੱਚ ਨਹੀਂ ਰੱਖਦਾ, ਉਹਨੇ ਇਹਨੂੰ ਵੇਚਣਾ ਨਹੀਂ ਆ, ਉਹਨੂੰ ਸਜ਼ਾ ਨਾ ਦਿੱਤੀ ਜਾਵੇ, ਉਹਨੂੰ ਜੁਰਮ ਨਾ ਮੰਨਿਆ ਜਾਵੇ, ਉਹਨੂੰ ਕਾਨੂੰਨੀ ਤੌਰ 'ਤੇ ਜਾਇਜ਼ ਦੱਸ ਦਿੱਤਾ ਜਾਵੇ ਕੋਈ ਬੰਦਾ ਆਪਣੇ ਕੋਲ ਨਸ਼ਾ ਕਰਨ ਦੇ ਲਈ ਰੱਖ ਸਕਦਾ। ਦੱਸਿਆ ਜਾ ਰਿਹਾ ਕਿ ਇਹੀ ਇੱਕ ਹੱਲ ਆ ਕਿ ਇਸ ਨਸ਼ੇ ਦੇ ਉੱਤੇ ਕਾਬੂ ਪਾਉਣ ਦਾ। ਪਿਛਲੇ ਸਮੇਂ ਦੇ ਵਿੱਚ ਵੈਨਕੂਵਰ ਦੇ ਵਿੱਚ ਵੀ ਇਹ ਮੰਗ ਕੀਤੀ ਗਈ ਸੀ, ਅਤੇ ਜੇ ਮੰਗ ਪੂਰੀ ਹੋ ਜਾਂਦੀ ਤਾਂ ਵੈਨਕੂਵਰ ਕੈਨੇਡਾ ਦਾ ਪਹਿਲਾ ਸ਼ਹਿਰ ਹੋਊਗਾ ਜਿਹਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਸੈਸ ਹੋਇਆ ਕਿ ਡਰੱਗਸ ਨੂੰ ਡੀਕ੍ਰਿਮੀਨਲਾਈਜ਼ ਕਰ ਦਿੱਤਾ ਗਿਆ। ਸੋਮਵਾਰ ਨੂੰ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਬੋਰਡ ਨੇ ਰਿਕੁਐਸਟ ਕੀਤੀ ਆ ਕਿ ਸਿਟੀ ਦੇ ਜਿਹੜੇ ਟੌਪ ਦੇ ਡਾਕਟਰ ਆ, ਉਹਨਾਂ ਨੇ ਹੈਲਥ ਕੈਨੇਡਾ ਨੂੰ ਇੱਕ ਐਪਲੀਕੇਸ਼ਨ ਦਿੱਤੀ ਆ। ਉਸ ਐਪਲੀਕੇਸ਼ਨ ਦੇ ਵਿੱਚ ਇਹ ਕਿਹਾ ਕਿ ਕੰਟਰੋਲਡ ਡਰੱਗਸ ਅਤੇ ਸਬਸਟੈਂਸ ਐਕਟ ਆ, ਉਹਦੇ ਵਿੱਚ ਇਸ ਸਾਲ ਦੇ ਅੰਤ ਤੱਕ ਸੋਧ ਕਰਕੇ ਇਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰ ਦਿੱਤਾ ਜਾਵੇ, ਇਹਨਾਂ ਨੂੰ ਰੱਖਣ ਦੀ ਆਗਿਆ ਦੇ ਦਿੱਤੀ ਜਾਵੇ। ਇਹ ਸਿਟੀ ਦੇ ਐਫਰਟ ਦਾ ਇੱਕ ਲੇਟੈਸਟ ਸਟੈਪ ਆ ਜਿਹਦੇ ਨਾਲ ਉਹ ਇਸ ਓਵਰਡੋਜ਼ ਦੇ ਕ੍ਰਾਈਸਿਸ ਨਾਲ ਲੜਨ ਦਾ ਯਤਨ ਕਰ ਰਹੇ ਆ। ਜਿਹੜੀਆਂ ਰੀਸੈਂਟ ਸਪੋਰਟਸ ਟੋਰੋਂਟੋ ਦੇ ਵਿੱਚ ਆਈਆਂ, ਇਹਨਾਂ ਰਿਪੋਰਟਾਂ ਦੇ ਵਿੱਚ ਪਤਾ ਲੱਗਿਆ, ਮੈਡੀਕਲ ਆਫਿਸਰ ਆਫ ਜਿਹੜੇ ਹੈਲਥ ਨੇ ਡਾਕਟਰ ਐਲੀਨ ਡੀ ਵਿਲਾ, ਉਹਨਾਂ ਨੇ ਦੱਸਿਆ ਕਿ 531 ਓਪੀਓਇਡ ਟੌਕਸੀਸਿਟੀ ਭਾਵ ਓਪੀਓਇਡ ਦੇ ਨਾਲ ਮੌਤਾਂ ਹੋਈਆਂ ਸਿਟੀ ਦੇ ਵਿੱਚ ਪਿਛਲੇ ਸਾਲ 531, ਅਤੇ ਜਿਹੜੀਆਂ ਕਿ 81% ਵਾਧਾ ਆ 2019 ਦੇ ਮੁਕਾਬਲੇ ਦੇ ਵਿੱਚ। ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਐਡਰੈਸ ਕੀਤਾ ਜਾਣਾ ਚਾਹੀਦਾ, ਅਤੇ ਐਡਰੈਸ ਕਰਨ ਦੇ ਲਈ ਇਹਦਾ ਹੱਲ ਕੀਤਾ ਜਾਣਾ ਚਾਹੀਦਾ, ਅਤੇ ਹੱਲ ਇੱਕੋ ਇੱਕ ਦੱਸਿਆ ਜਾ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਡੀਕ੍ਰਿਮੀਨਲਾਈਜ਼ ਕਰ ਦਿਓ, ਇਹਨੂੰ ਜਾਇਜ਼ ਕਹਿ ਦਿਓ, ਇਹਨੂੰ ਲੀਗਲ ਕਰ ਦਿਓ ਕਿ ਕੋਈ ਵੀ ਨਸ਼ਾ ਕਰ ਸਕਦਾ ਅਤੇ ਉਹਨੂੰ ਸਜ਼ਾ ਨਹੀਂ ਮਿਲੂਗੀ। ਡਿਵਲਨ ਇਹ ਵੀ ਗੱਲ ਕਹੀ ਆ ਕਿ ਬਹੁਤ ਸਾਰੇ ਫੈਕਟਰਸ ਨੇ ਜਿਹਨਾਂ ਕਰਕੇ ਇਹ ਮੌਤਾਂ ਹੋਈਆਂ। ਇੱਕ ਤਾਂ ਉਹ ਕਹਿੰਦੇ ਅਨਰੈਗੂਲੇਟਡ ਜਿਹੜੀ ਡਰੱਗ ਸਪਲਾਈ ਆ, ਕਿ ਜਿਹੜੀ ਡਰੱਗ ਆ ਰਹੀ ਆ ਉਹ ਰੈਗੂਲੇਟਡ ਹੀ ਨਹੀਂ ਆ, ਪਤਾ ਹੀ ਨਹੀਂ ਕਿਸ ਪਾਸਿਓਂ ਆ ਰਹੀ, ਉਹਦੀ ਡੋਜ਼ ਕਿੰਨੀ ਆ, ਕਿਸ ਤਰੀਕੇ ਨਾਲ ਮਿਕਸ ਕੀਤਾ ਜਾ ਰਿਹਾ। ਇੱਕ ਵਿਅਕਤੀ ਅੱਜ 19 ਡੋਜ਼, 19 ਗ੍ਰਾਮ ਜਾਂ 19 ਮਾਤਰਾ ਦੇ ਵਿੱਚ ਜਿਹੜਾ ਨਸ਼ਾ ਕਰ ਰਿਹਾ ਆ, ਕੱਲ੍ਹ ਨੂੰ ਉਸੇ ਮਾਤਰਾ ਦੇ ਵਿੱਚ ਜੇ ਉਹ ਨਸ਼ਾ ਕਰਦਾ ਤਾਂ ਇਹ ਨਹੀਂ ਪਤਾ ਉਹਦੇ ਵਿੱਚ ਨਸ਼ਾ ਕਿੰਨਾ ਜ਼ਿਆਦਾ ਹੈ ਅਤੇ ਕਿੰਨਾ ਘੱਟ ਆ। ਜੇ ਕਿਹਾ ਜਾਵੇ ਕਿ ਉਹਦੀ ਡਿਗਰੀ ਕਿੰਨੀ ਆ, ਉਹਦੇ ਵਿੱਚ ਕਿੰਨੀ ਜ਼ਿਆਦਾ ਮਾਤਰਾ ਦੇ ਵਿੱਚ ਨਸ਼ਾ ਹੈ, ਉਹਨੂੰ ਸਮਝ ਨਹੀਂ ਆਉਂਦੀ, ਅਤੇ ਉਹਦੇ ਨਾਲ ਮੌਤ ਹੋ ਜਾਂਦੀ ਹੈ। ਫੈਂਟਾਨਿਲ ਜਾਂ ਦੂਜੇ ਜਿਹੜੇ ਸਬਸਟਾਂਸਿਸ ਨੇ, ਕੈਮੀਕਲਸ ਨੇ, ਉਹ ਇਹਨਾਂ ਨਸ਼ੇ ਦੇ ਵਿੱਚ ਮਿਲਾ ਕੇ ਸਟ੍ਰੀਟਸ ਦੇ ਉੱਤੇ ਵੇਚੇ ਜਾਂਦੇ ਆ, ਅਤੇ ਜਿਹੜੇ ਵੱਡਾ ਫੈਕਟਰ ਬਣਦੇ ਆ ਇਸ ਚੀਜ਼ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ। ਪੈਂਡੈਮਿਕ ਜਿਹੜੀ ਰਿਲੇਟਡ ਸਰਵਿਸਿਜ਼ ਰਿਡਕਸ਼ਨਸ ਹੋਈ ਆ, ਪੈਂਡੈਮਿਕ ਦੇ ਨਾਲ ਦੁਨੀਆ ਦਾ, ਡਾਕਟਰਾਂ ਦਾ ਸਾਰਾ ਧਿਆਨ ਇਸ ਪਾਸੇ ਲੱਗ ਗਿਆ ਇਸ ਕੋਵਿਡ-19 ਵੱਲ, ਅਤੇ ਇਹਦੇ ਨਾਲ ਜਿਹੜੀਆਂ ਦੂਜੀਆਂ ਸਰਵਿਸਿਜ਼ ਇਹਨਾਂ ਲੋਕਾਂ ਨੂੰ ਦਿੱਤੀਆਂ ਜਾਣੀਆਂ ਸੀ, ਇਹਨਾਂ ਮਰੀਜ਼ਾਂ ਵੱਲ ਧਿਆਨ ਦਿੱਤਾ ਜਾਣਾ ਸੀ, ਉਹ ਧਿਆਨ ਨਹੀਂ ਦਿੱਤਾ ਗਿਆ।
ਇਹ ਵੀ ਇੱਕ ਵੱਡਾ ਕਾਰਨ ਬਣਿਆ ਕਿ ਜਿਹੜੇ ਇਹਦੇ ਨਾਲ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਗਿਆ। ਇਸ ਡੀਕ੍ਰਿਮੀਨਲਾਈਜ਼ ਕਰਨ ਦੇ ਲਈ ਅਗਸਤ ਅਤੇ ਨਵੰਬਰ ਦੇ ਵਿੱਚ ਸਿਟੀ ਨੇ ਜਿਹੜੀਆਂ ਕੰਸਲਟੇਸ਼ਨਸ ਕੀਤੀਆਂ ਸੀ ਉਹਦੇ ਤੋਂ ਬਾਅਦ ਸੋਮਵਾਰ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਦੇ ਨਾਲ ਜਿਹੜੇ ਲਿਵਿੰਗ ਐਕਸਪੀਰੀਅੰਸਿਸ ਆ ਫੈਮਿਲੀ ਮੈਂਬਰਸ ਦੇ ਨਾਲ ਕਮਿਊਨਿਟੀ ਵੇਸਟ ਸਰਵਿਸਿਸ ਪ੍ਰੋਵਾਈਡਰ ਦੇ ਨਾਲ ਗੱਲਬਾਤ ਕੀਤੀ ਆ ਅਤੇ ਹੱਲ ਇਹੀ ਲੱਭ ਰਿਹਾ ਕਿ ਘੱਟੋ ਘੱਟ ਜੇ ਡੀਕ੍ਰਿਮੀਨਲਾਈਜ਼ ਕਰ ਦਿੱਤਾ ਜਾਵੇ, ਡੀਕ੍ਰਿਮੀਨਲਾਈਜ਼ ਕਰਨ ਦੇ ਨਾਲ ਇੱਕ ਰੈਗੂਲੇਟਡ ਸਪਲਾਈ ਡਰੱਗ ਦੀ ਹੋਵੇ, ਜੇ ਇਹ ਲੋਕ ਨਸ਼ਾ ਕਰਦੇ ਆ ਤਾਂ ਉਹ ਨਸ਼ਾ ਪਤਾ ਹੋਵੇ ਕਿ ਠੀਕ ਆ, ਇਹਦੇ ਨਾਲ ਮਰਨ ਨਹੀਂ ਲੱਗਿਆ ਬੰਦਾ, ਮੌਤ ਨਹੀਂ ਹੁੰਦੀ। ਅਤੇ ਦੂਜੀ, ਜਿੱਦਾਂ ਕਿ ਵੈਨਕੂਵਰ ਦੇ ਵਿੱਚ ਬਹੁਤ ਸਾਰੀਆਂ ਸੇਫ ਇੰਜੈਕਸ਼ਨ ਸਾਈਟਸ ਬਣਾਈਆਂ ਗਈਆਂ ਕਿ ਜੇ ਤੁਸੀਂ ਨਸ਼ਾ ਕਰਨਾ ਹੈ ਇਸ ਥਾਂ ਦੇ ਉੱਤੇ ਬੈਠ ਕੇ ਨਸ਼ਾ ਕਰ ਲਓ, ਇੱਥੇ ਤੁਹਾਨੂੰ ਓਬਜ਼ਰਵ ਕਰਨ ਵਾਲਾ ਕੋਈ ਜਿਹੜਾ ਹੈਲਥ ਕੇਅਰ ਪ੍ਰੋਵਾਈਡਰ ਵੀ ਹੈ, ਡਾਕਟਰ ਵੀ ਆ। ਮਤਲਬ ਕੀ ਆ ਕਿ ਜੇ ਨਸ਼ਾ ਕਰਦੇ ਕਰਦੇ ਤੁਹਾਨੂੰ ਕੋਈ ਵਾਧ ਘਾਟ ਹੋ ਜਾਂਦੀ ਹੈ, ਡੋਜ਼ ਜ਼ਿਆਦਾ ਲੈ ਜਾਂਦੇ ਹੋ, ਤੁਹਾਡੀ ਹਾਲਤ ਵਿਗੜਦੀ ਹੈ ਤਾਂ ਤੁਹਾਨੂੰ ਕੋਈ ਨਾ ਕੋਈ ਸਾਂਭਣ ਵਾਲਾ ਉੱਥੇ ਹੋਊਗਾ, ਚੱਕ ਕੇ ਹਸਪਤਾਲ ਲੈ ਜਾਊਗਾ, ਤੁਹਾਡੀ ਮੌਤ ਨਹੀਂ ਹੋਊਗੀ। ਇਸੇ ਤਰ੍ਹਾਂ ਹੀ ਇੱਕ ਸਟੈਪ ਹੋਰ ਵੈਨਕੂਵਰ ਤੋਂ ਬਾਅਦ ਟੋਰਾਂਟੋ ਦੇ ਵਿੱਚ ਲਿਆ ਜਾ ਰਿਹਾ ਕਿ ਡਰੱਗਸ ਨੂੰ ਡੀਕ੍ਰਿਮੀਨਲਾਈਜ਼ ਕਰ ਦਿੱਤਾ ਜਾਵੇ। ਜੇ ਕੋਈ ਖਾਣ ਪੀਣ ਦੇ ਲਈ ਨਸ਼ਾ ਆਪਣੇ ਕੋਲ ਰੱਖਦਾ ਹੈ ਤਾਂ ਉਹਨੂੰ ਜੁਰਮ ਨਾ ਮੰਨਿਆ ਜਾਵੇ, ਉਹਨੂੰ ਲੁੱਕ ਕੇ ਨਸ਼ਾ ਕਰਨਾ ਨਾ ਪਵੇ, ਉਹਨੂੰ ਚੋਰੀ ਇਹ ਨਸ਼ਾ ਨਾ ਕਰਨਾ ਪਵੇ, ਪੁਲਿਸ ਤੋਂ ਡਰਨਾ ਨਾ ਪਵੇ, ਘੱਟੋ ਘੱਟ ਉਹਦੀ ਇਸ ਗਲਤ ਨਸ਼ੇ ਦੇ ਨਾਲ ਮੌਤ ਨਾ ਹੋਵੇ, ਠੀਕ ਠਾਕ ਨਸ਼ਾ ਕਰਕੇ ਉਹ ਜਿਉਂਦਾ ਜ਼ਰੂਰ। ਜਦੋਂ ਦੀ ਵੈਕਸੀਨ ਆਈ ਹੈ ਉਹਦੇ ਤੋਂ ਬਾਅਦ ਕਈ ਥਾਵਾਂ ਦੇ ਉੱਤੇ ਵੈਕਸੀਨ ਦਾ ਵਿਰੋਧ ਹੋਇਆ, ਬਹੁਤ ਸਾਰੇ ਲੋਕਾਂ ਨੇ ਵੈਕਸੀਨ ਲਵਾਉਣ ਤੋਂ ਨਾ ਕੀਤੀ, ਭਾਵੇਂ ਨੰਬਰ ਬਹੁਤ ਥੋੜ੍ਹਾ ਹੈ ਪਰ ਸਰਕਾਰਾਂ ਦੇ ਲਈ ਇਹ ਗੱਲ ਚਿੰਤਾ ਵਾਲੀ ਸੀ। ਸਰਕਾਰਾਂ ਨੇ ਵੱਖ ਵੱਖ ਤਰ੍ਹਾਂ ਦੇ ਬੈਨੀਫਿਟ ਦਿੱਤੇ, ਵੱਖ ਵੱਖ ਤਰ੍ਹਾਂ ਦੇ ਜਿਹੜੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਕਿ ਜੇ ਤੁਸੀਂ ਵੈਕਸੀਨ ਲਵਾਉਂਦੇ ਹੋ ਤੁਹਾਨੂੰ ਇੰਨਾ ਇਨਾਮ ਦਿੱਤਾ ਜਾਊਗਾ, ਆਹ ਸਹੂਲਤ ਦਿੱਤੀ ਜਾਊਗੀ, ਉਹਦੇ ਬਾਵਜੂਦ ਵੀ ਬਹੁਤ ਸਾਰੇ ਲੋਕਾਂ ਨੇ ਵੈਕਸੀਨ ਨਹੀਂ ਲਵਾਈ। ਸਰਕਾਰ ਨੇ ਅਗਲਾ ਸਟੈਪ ਚੱਕਿਆ ਕਿ ਬਹੁਤ ਸਾਰੇ ਮਹਿਕਮਿਆਂ ਦੇ ਵਿੱਚ ਵੈਕਸੀਨ ਜ਼ਰੂਰੀ ਕਰ ਦਿੱਤੀ ਕਿ ਜੇ ਤੁਸੀਂ ਵੈਕਸੀਨ ਲਵਾਓਗੇ ਤਾਂ ਤੁਸੀਂ ਜੋਬ ਦੇ ਉੱਤੇ ਆ ਸਕਦੇ ਹੋ, ਨਹੀਂ ਤਾਂ ਤੁਹਾਨੂੰ ਅਨਪੇਡ ਛੁੱਟੀ ਦੇ ਉੱਤੇ ਭੇਜ ਦਿੱਤਾ ਜਾਊਗਾ। ਭਾਵ ਇੱਕ ਤਰ੍ਹਾਂ ਦੇ ਨਾਲ ਜਾਂ ਤਾਂ ਤੁਸੀਂ ਵੈਕਸੀਨ ਲਵਾਓਗੇ ਤਾਂ ਤੁਸੀਂ ਨੌਕਰੀ ਕਰ ਸਕਦੇ ਹਾਂ, ਅਤੇ ਜੇ ਤੁਸੀਂ ਵੈਕਸੀਨ ਨਹੀਂ ਲਵਾਉਂਦੇ ਤਾਂ ਤੁਸੀਂ ਨੌਕਰੀ ਨਹੀਂ ਕਰੋਗੇ। ਵੈਨਕੂਵਰ ਪੁਲਿਸ ਬੋਰਡ ਨੇ ਇਸ ਵੇਲੇ ਜਿਹੜਾ ਓਪਟ ਕੀਤਾ ਉਹ ਇਹ ਕੀਤਾ ਕਿ ਜੇਕਰ ਉਹਦੇ ਵਿੱਚ ਕੰਮ ਕਰਨ ਵਾਲੇ ਪੁਲਿਸ ਵਾਲੇ ਕੋਵਿਡ 19 ਵੈਕਸੀਨ ਨਹੀਂ ਲਵਾਉਂਦੇ ਤਾਂ ਵੀ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਜਾਊਗਾ। ਵੈਨਕੂਵਰ ਪੁਲਿਸ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਇਨਕਰੇਜ ਕੀਤਾ ਲੋਕਾਂ ਨੂੰ ਕਿ ਉਹ ਵੈਨਕੂਵਰ ਪੁਲਿਸ ਨੂੰ ਵੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਆਪਣਾ ਜਿਹੜਾ ਪਰੂਫ ਆ ਇਸ ਦਸੰਬਰ ਦੇ ਐਂਡ ਤੱਕ ਦੇ ਦੇਵੇ ਕਿ ਅਸੀਂ ਵੈਕਸੀਨ ਲਵਾਈ ਆ। ਪਰ ਜਿਹੜੇ ਬਹੁਤ ਸਾਰੇ ਅਨਵੈਕਸੀਨੇਟਡ ਆਫੀਸਰਸ ਨੇ ਉਹਨਾਂ ਨੂੰ ਅਜੇ ਵੀ ਉਹ ਕਹਿੰਦੇ ਅਸੀਂ ਫਿੱਟ ਫੋਰ ਡਿਊਟੀ ਸਮਝ ਲਵਾਂਗੇ ਜੇਕਰ ਉਹ ਰੈਪਿਡ ਟੈਸਟਿੰਗ ਕੋਵਿਡ 19 ਦੀ ਕਰਵਾਈ ਜਾਂਦੇ ਆ। ਬਹੁਤ ਸਾਰੇ ਲੋਕਾਂ ਦੇ ਧਾਰਮਿਕ ਅਕੀਦੇ ਆ, ਬਹੁਤ ਸਾਰੇ ਲੋਕਾਂ ਦੇ ਵਿੱਚ ਮਨ ਵਿੱਚ ਗਲਤ ਫਹਿਮੀਆਂ ਆ, ਉਹ ਵੈਕਸੀਨ ਨਹੀਂ ਲਵਾਉਣਾ ਚਾਹੁੰਦੇ। ਉਹਦਾ ਫਿਰ ਇੱਕ ਬਦਲ, ਉਹਦਾ ਇੱਕ ਹੱਲ, ਉਹਦਾ ਇੱਕ ਵਿਕਲਪ, ਉਹਦਾ ਇੱਕ ਅਲਟਰਨੇਟ ਇਹ ਦਿੱਤਾ ਗਿਆ ਕਿ ਉਹ ਲੋਕ ਰੈਪਿਡ ਕੋਵਿਡ 19 ਟੈਸਟਿੰਗ ਕਰਵਾਉਣ ਕਿ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਉਹਨਾਂ ਦੀ ਟੈਸਟਿੰਗ ਹੋਈ ਜਾਵੇ ਅਤੇ ਉਸ ਟੈਸਟਿੰਗ ਤੋਂ ਪਤਾ ਲੱਗੂਗਾ ਕਿ ਇਹਨਾਂ ਨੂੰ ਕਰੋਨਾ ਨਹੀਂ ਹੋਇਆ। ਅਤੇ ਇਸ ਗੱਲ ਦੇ ਲਈ ਹੁਣ ਵੈਨਕੂਵਰ ਪੁਲਿਸ ਬੋਰਡ ਜਿਹੜਾ ਸਹਿਮਤ ਹੋ ਗਿਆ ਕਿ ਇਹਨਾਂ ਲੋਕਾਂ ਨੂੰ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਉਹਨਾਂ ਆਫੀਸਰਸ ਨੂੰ, ਉਹਨਾਂ ਕੰਮ ਕਰਨ ਵਾਲਿਆਂ ਨੂੰ ਅਸੀਂ ਨੌਕਰੀ ਤੋਂ ਨਹੀਂ ਕੱਢਾਂਗੇ ਜੇ ਉਹ ਵੈਕਸੀਨ ਨਹੀਂ ਵੀ ਲਵਾਉਂਦੇ। ਉਹਨਾਂ ਦੇ ਜਿਹੜੇ ਕੋਵਿਡ 19 ਦੇ ਰੈਪਿਡ ਟੈਸਟ ਆ ਉਹ ਹੁੰਦੇ ਰਹਿਣਗੇ। ਦੂਜੇ ਕੈਨੇਡੀਅਨ ਪੁਲਿਸ ਡਿਪਾਰਟਮੈਂਟਸ ਨੇ ਵੱਖਰੀ ਅਪਰੋਚ ਕੀਤੀ ਸੀ। ਪਿਛਲੇ ਹਫ਼ਤੇ ਟੋਰਾਂਟੋ ਪੁਲਿਸ ਸਰਵਿਸਿਜ਼ ਨੇ 205 ਇੰਪਲੋਈਜ਼ ਨੂੰ ਅਨਪੇਡ ਲੀਵ ਦੇ ਉੱਤੇ ਭੇਜ ਦਿੱਤਾ ਕਿਉਂਕਿ ਉਹਨਾਂ ਨੇ ਵੈਕਸੀਨੇਸ਼ਨ ਦਾ ਪਰੂਫ ਨਹੀਂ ਦਿੱਤਾ ਸੀ, ਜਾਂ ਦੂਜੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਵੈਕਸੀਨ ਲਵਾਉਣ ਤੋਂ ਨਾ ਕਰ ਦਿੱਤੀ ਸੀ। ਜਿਹੜੀ ਇਹ ਪੋਲਿਸੀ ਹੈ, ਵੈਨਕੂਵਰ ਪੁਲਿਸ ਯੂਨੀਅਨ ਪ੍ਰੈਜ਼ੀਡੈਂਟ ਰੈਲਫ ਕੇਸਰਸ ਨੂੰ ਇਹ ਗੱਲ ਪੁੱਛੀ ਗਈ, ਉਹ ਕਹਿੰਦੇ ਜਿਹੜੀ ਰੈਪਿਡ ਟੈਸਟਿੰਗ ਆ ਇਹ ਵੀ ਇੱਕ ਤਰੀਕਾ ਹੈਗਾ ਜਿਹੜੇ ਲੋਕ ਵੈਕਸੀਨ ਨਹੀਂ ਲਵਾ ਰਹੇ ਉਹਨਾਂ ਨੂੰ ਪ੍ਰੋਟੈਕਟ ਕਰਨ ਦਾ। ਉਹ ਕਹਿੰਦੇ ਅਸੀਂ ਜਿਹੜੇ ਇਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਪੋਲਿਸੀ ਅਪਣਾ ਰਹੇ ਹਾਂ ਕਿ ਤੁਸੀਂ ਵੈਕਸੀਨ ਨਹੀਂ ਲਵਾਈ ਫਿਰ ਕੋਈ ਗੱਲ ਨਹੀਂ, ਤੁਹਾਡੀ ਰੈਪਿਡ ਟੈਸਟਿੰਗ ਅਸੀਂ ਕਰਦੇ ਰਹਾਂਗੇ। ਸਿਟੀ ਆਫ ਵੈਨਕੂਵਰ ਨੇ ਅਨਾਊਂਸ ਕੀਤਾ ਸੀ ਕਿ ਵੈਕਸੀਨ ਲਵਾਉਣੀ ਜ਼ਰੂਰੀ ਹੈ। ਮਿਡ ਅਕਤੂਬਰ ਦੇ ਵਿੱਚ ਉਹਨਾਂ ਨੇ ਅਨਾਊਂਸ ਕਰ ਦਿੱਤਾ ਸੀ ਕਿ ਵੈਕਸੀਨ ਤੋਂ ਬਿਨਾਂ ਅਸੀਂ ਕਿਸੇ ਮੁਲਾਜ਼ਮ ਨੂੰ ਨਹੀਂ ਰੱਖਾਂਗੇ। ਉਹ ਸਿਟੀ ਇੰਪਲੋਈਜ਼ ਦੇ ਉੱਤੇ ਵੀ ਇਹ ਰੂਲ ਲਾਗੂ ਹੁੰਦਾ ਸੀ ਜਿਹਦੇ ਵਿੱਚ ਫਾਇਰ ਫਾਈਟਰਸ ਵੀ ਨੇ, ਪਰ ਪੁਲਿਸ ਨੂੰ ਇਹਦੇ ਵਿੱਚੋਂ ਬਾਹਰ ਰੱਖਿਆ ਗਿਆ ਸੀ। ਸੋਮਵਾਰ ਨੂੰ ਜਿਹੜੀ ਕੱਲ੍ਹ ਇਹ ਡੈਡਲਾਈਨ ਸੀਗੀ, ਸਿਟੀ ਜਿੱਥੇ ਸਾਰੇ ਆਪਣੇ ਮੁਲਾਜ਼ਮਾਂ ਤੋਂ ਐਕਸਪੈਕਟ ਕਰਦਾ ਸੀ ਕਿ ਉਹ ਸਾਰੇ ਫੁੱਲੀ ਵੈਕਸੀਨੇਟਡ ਹੋਣਗੇ ਕੋਵਿਡ 19 ਦੇ, ਪਰ ਸਿਟੀ ਹਾਲ ਨੇ ਇਹ ਵੀ ਗੱਲ ਕਨਫਰਮ ਕੀਤੀ ਹੈ ਮੀਡੀਆ ਨੂੰ ਕਿ ਟਾਈਮਲਾਈਨ ਨੂੰ ਹੁਣ ਥੋੜ੍ਹਾ ਜਿਹਾ ਜਨਵਰੀ ਤੱਕ ਅਸੀਂ ਡਿਲੇ ਕਰ ਦਿੱਤਾ, ਹੋਰ ਢਿੱਲ ਦੇ ਦਿੱਤੀ ਆ। ਦੂਜੇ ਸ਼ਬਦਾਂ ਦੇ ਵਿੱਚ ਇਹਦਾ ਮਤਲਬ ਇਹ ਵੀ ਲੱਗਦਾ ਕਿ ਜਿਹੜੀ ਇੱਕ ਡੈਡਲਾਈਨ ਦਿੱਤੀ ਗਈ ਸੀ ਉਹਦੇ ਤੱਕ ਵੀ ਬਹੁਤ ਸਾਰੇ ਲੋਕਾਂ ਨੇ ਵੈਕਸੀਨ ਨਹੀਂ ਲਵਾਈ। ਸਿਟੀ ਨੇ ਇਹ ਵੀ ਅਨਾਊਂਸ ਕੀਤਾ, ਇਹ ਵੀ ਪੋਲਿਸੀ ਜਿਹੜੀ ਅਨਾਊਂਸ ਕੀਤੀ ਸੀ ਅਕਤੂਬਰ 18 ਨੂੰ, ਜਿਹੜੇ ਪੌਲ ਮੌਚਰੀ ਸਿਟੀ ਮੈਨੇਜਰ ਨੇ, ਉਹਨਾਂ ਨੇ ਦੱਸਿਆ ਸੀ ਕਿ ਜਿਹੜੀ ਮੈਂਡੋਟਰੀ ਵੈਕਸੀਨੇਸ਼ਨ ਪੋਲਿਸੀ ਹੈ ਇਹਦੇ ਨਾਲ ਅਗਲੇ ਲੈਵਲ ਦੀ ਪ੍ਰੋਟੈਕਸ਼ਨ ਦੇਣ ਦੇ ਵਿੱਚ ਮਦਦ ਮਿਲੂਗੀ, ਅਤੇ ਇਹ ਪੋਲਿਸੀ ਵੈਨਕੂਵਰ ਪੁਲਿਸ ਦੇ ਉੱਤੇ ਲਾਗੂ ਨਹੀਂ ਹੋ ਰਹੀ।
ਜਿਹੜੇ VPD ਦੇ ਰੀਪ੍ਰੈਜੈਂਟੇਟਿਵ ਨੇ ਉਹ ਕਹਿੰਦੇ ਅਸੀਂ ਇਸ ਪਾਲਿਸੀ ਦੇ ਉੱਤੇ ਕੰਮ ਕਰ ਰਹੇ ਹਾਂ ਅਤੇ ਇਹਨੂੰ ਅਸੀਂ ਜਿਹੜਾ ਜਿਹੜੇ ਲੋਕ ਵੈਕਸੀਨ ਨਹੀਂ ਲਵਾਉਂਦੇ ਉਹਨਾਂ ਦੇ ਨਾਲ ਵੀ ਅਸੀਂ ਇਹਨੂੰ ਜ਼ਬਰਦਸਤੀ ਮੈਂਡੇਟਰੀ ਉਹਨਾਂ ਦੇ ਉੱਤੇ ਲਾਗੂ ਨਹੀਂ ਕਰ ਰਹੇ, ਉਹਨਾਂ ਨੂੰ ਵੀ ਅਸੀਂ ਫਿੱਟ ਫੋਰ ਡਿਊਟੀ ਸਮਝ ਰਹੇ ਹਾਂ ਅਤੇ ਉਹ ਵੀ ਆਪਣੀ ਜੋਬ ਕਰ ਸਕਦੇ ਆ। ਅੱਜ ਇੱਕ ਗੱਲਬਾਤ ਫਿਰ ਬਹੁਤ ਜ਼ੋਰ ਸ਼ੋਰ ਨਾਲ ਹੋ ਰਹੀ ਹੈ। ਇੱਕ ਟਰੱਕ ਡਰਾਈਵਰ, ਕੈਲਗਰੀ ਦਾ ਟਰੱਕ ਡਰਾਈਵਰ ਜਿਹੜਾ ਜ਼ਿੰਮੇਵਾਰ ਸੀ ਹੰਬੋਲਟ ਐਕਸੀਡੈਂਟ ਦੇ ਲਈ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਸੀ, 33 ਸਾਲਾ ਜਸਕੀਰਤ ਸਿੰਘ ਸਿੱਧੂ, ਜਿਹਦੇ ਬਾਰੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਕਿ ਉਹਨੇ ਬੇਨਤੀ ਕੀਤੀ ਹੈ ਕਿ ਮੈਨੂੰ ਡਿਪੋਰਟ ਨਾ ਕੀਤਾ ਜਾਵੇ, ਮੈਨੂੰ ਕੈਨੇਡਾ ਦੇ ਵਿੱਚ ਰਹਿਣ ਦਿੱਤਾ ਜਾਵੇ। ਲੱਗਦਾ ਹੈ ਕਿ ਉਹਨੂੰ ਇੰਡੀਆ ਨੂੰ ਡਿਪੋਰਟ ਕਰਨ ਦਾ ਫੈਸਲਾ ਫਿਲਹਾਲ ਟਲ ਗਿਆ। ਅਗਲੇ ਸਮੇਂ ਦੇ ਵਿੱਚ ਕੀ ਫੈਸਲਾ, ਅਗਲੇ ਸਾਲ ਦੇ ਵਿੱਚ ਕੀ ਫੈਸਲਾ ਹੁੰਦਾ, ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂਗਾ। ਜਸਕੀਰਤ ਸਿੰਘ ਸਿੱਧੂ ਜਿਹਦੀ ਉਮਰ 33 ਸਾਲ ਆ, ਉਹਦੇ ਵਕੀਲ ਨੇ ਦੱਸਿਆ ਕਿ ਉਹਨਾਂ ਨੇ ਬਹੁਤ ਸਾਰੀਆਂ ਚਿੱਠੀਆਂ, ਬਹੁਤ ਸਾਰੇ ਕਾਗਜ਼ ਪੱਤਰ, ਬਹੁਤ ਸਾਰਾ ਪੇਪਰ ਵਰਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਦਿੱਤਾ ਹੈ ਇਸ ਸਾਲ ਦੇ ਸ਼ੁਰੂ ਦੇ ਵਿੱਚ ਹੀ, ਇਹ ਕਹਿਣ ਦੇ ਲਈ ਕਿ ਇਹਨੂੰ ਜਸਕੀਰਤ ਸਿੰਘ ਸਿੱਧੂ ਨੂੰ ਇੰਡੀਆ ਨਾ ਭੇਜਿਆ ਜਾਵੇ, ਇੱਥੇ ਸਜ਼ਾ ਪੂਰੀ ਕਰ ਦਿੱਤੀ ਜਾਵੇ। ਉਹਨੂੰ ਜਿਹੜੀ ਇਸ ਵੇਲੇ ਉਹ ਨਿਯਮਾਂ ਦੇ ਅਨੁਸਾਰ ਉਹਨੂੰ ਕੈਨੇਡਾ ਦੇ ਵਿੱਚ ਸਜ਼ਾ ਮਿਲੀ ਆ, ਸਜ਼ਾ ਪੂਰੀ ਕਰਨ ਤੋਂ ਬਾਅਦ ਉਹਨੂੰ ਇੰਡੀਆ ਡਿਪੋਰਟ ਕਰ ਦਿੱਤਾ ਜਾਣਾ। 8 ਸਾਲ ਦੀ ਉਹਨੂੰ ਸਜ਼ਾ ਮਿਲੀ ਆ। 2018 ਦੇ ਵਿੱਚ ਜਿਹੜਾ ਇੱਕ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ 16 ਜਣਿਆਂ ਦੀ ਮੌਤ ਹੋਈ ਸੀ, 13 ਜਣੇ ਜ਼ਖਮੀ ਹੋਏ ਸੀ, ਕੋਰਟ ਨੇ ਸਿੱਧੂ ਜਿਹੜਾ ਜਸਕੀਰਤ ਸਿੰਘ ਸਿੱਧੂ ਸੀ ਨਵਾਂ ਇਹਦਾ ਵਿਆਹ ਹੋਇਆ ਸੀ, ਪਰਮਾਨੈਂਟ ਰੈਜੀਡੈਂਟ ਸੀ, ਇੱਕ ਸਟੋਪ ਸਾਈਨ ਮਿਸ ਕਰ ਗਿਆ, ਪਿੱਛੇ ਦੇਖਣ ਲੱਗ ਪਿਆ ਸੀ ਅੱਗੇ ਬਹੁਤ ਵੱਡਾ ਸਟੋਪ ਸਾਈਨ ਸੀ, ਉਹ ਮਿਸ ਕਰ ਗਿਆ, ਸਟੋਪ ਸਾਈਨ ਮਿਸ ਕਰਕੇ ਸਿੱਧਾ ਟਰੱਕ ਲੈ ਕੇ ਸੈਮਾਈ ਟਰੱਕ ਲੈ ਕੇ ਅੱਗੇ ਚਲਿਆ ਗਿਆ ਅਤੇ ਮੂਹਰੋਂ ਇੱਕ ਬੱਸ ਆਉਂਦੀ ਸੀ ਉਸ ਬੱਸ ਦੇ ਵਿੱਚ ਇਹ ਟਕਰਾ ਗਿਆ ਅਤੇ ਜਿੱਥੇ ਉਹ ਦਰਦਨਾਕ ਹਾਦਸਾ ਵਾਪਰਿਆ ਜਿਹੜਾ ਕੈਨੇਡਾ ਦੇ ਇਤਿਹਾਸ ਵਿੱਚ ਇੱਕ ਬਹੁਤ ਦੁੱਖ ਭਰਿਆ ਦਿਨ ਸੀ ਅਤੇ ਇਹ ਵੀ ਕੈਨੇਡਾ ਦੇ ਇਤਿਹਾਸ ਵਿੱਚ ਆ ਕਿ ਕਿਸੇ ਨੂੰ ਇਸ ਤਰ੍ਹਾਂ ਦੀ ਡਰਾਈਵਿੰਗ ਦੇ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸਜ਼ਾ ਦਿੱਤੀ ਗਈ ਤਾਂ ਉਹ ਜਸਕੀਰਤ ਸਿੰਘ ਸਿੱਧੂ ਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ ਰਿਪੋਰਟ ਲਿਖੀ ਆ ਜਿਹਦੇ ਰਿਪੋਰਟ ਉਹਨਾਂ ਨੂੰ ਲਿਖੀ ਆ ਕਿ ਉਹਦੇ ਬਾਰੇ ਉਹ ਇਸ ਗੱਲ ਬਾਰੇ ਦੇਖ ਰਿਹਾ ਹੈ ਕਿ ਕੀ ਇਸ ਵਿਅਕਤੀ ਨੂੰ ਅਲਾਓ ਕੀਤਾ ਜਾਣਾ ਚਾਹੀਦਾ ਜਾਂ ਇਹਨੂੰ ਡਿਪੋਰਟ ਕਰ ਦੇਣਾ ਚਾਹੀਦਾ। 28 ਨਵੰਬਰ ਡੈਡਲਾਈਨ ਸੀ, ਅਸੀਂ ਉਸ ਦਿਨ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ, ਪਰ ਹੁਣ ਲੱਗਦਾ ਹੈ ਕਿ ਫੈਸਲਾ ਉਹਨਾਂ ਨੇ ਇੱਕਦਮ ਨਹੀਂ ਦੇਣਾ, 1 ਮਹੀਨਾ ਘੱਟੋ ਘੱਟ ਇਸ ਫੈਸਲੇ ਨੂੰ ਉਹਨਾਂ ਨੇ ਲਮਕਾ ਲਿਆ ਹੈ। ਕਿਉਂ ਕਹਿੰਦੇ ਟਾਈਮ ਬਹੁਤ ਆ, ਬਹੁਤ ਸਾਰੀਆਂ ਸਬਮਿਸ਼ਨਸ ਕੀਤੀਆਂ ਗਈਆਂ, ਅਪਡੇਟਸ ਉਹ ਦੇਖਣੀਆਂ ਚਾਹੁੰਦੇ ਆ ਇਹਦੇ ਬਾਰੇ। ਜਿਹੜੇ ਕੈਲਗਰੀ ਦਾ ਇਮੀਗ੍ਰੇਸ਼ਨ ਲਾਇਰ ਆ ਉਹ ਕਹਿੰਦੇ ਅਸੀਂ ਇਸ ਗੱਲ ਬਾਰੇ ਜਿਹੜਾ ਕੈਨੇਡਾ ਦੀ ਸਰਕਾਰ ਆ ਉਹ ਦੇਖਣਾ ਚਾਹੁੰਦੀ ਆ ਕਿ ਕੀ ਇਸ ਮਾਮਲੇ ਦੇ ਵਿੱਚ ਕੋਈ ਹੋਰ ਅਪਡੇਟ ਹੈਗੀ ਆ ਕਿ ਉਹਦੇ ਵਿੱਚ ਕੋਈ ਨਵੀਂ ਇਨਫੋਰਮੇਸ਼ਨ ਹੈਗੀ ਆ, ਪਰ ਦੱਸਦੇ ਆ ਕਿ ਰਿਪੋਰਟ ਬਹੁਤ ਲੰਬੀ ਆ, ਕਈ 100 ਪੇਜਾਂ ਦੀ, 415 ਪੇਜਾਂ ਦੀ ਰਿਪੋਰਟ ਜਸਕੀਰਤ ਸਿੰਘ ਸਿੱਧੂ ਦੇ ਵਕੀਲ ਨੇ ਕੈਨੇਡਾ ਸਰਕਾਰ ਨੂੰ ਦਿੱਤੀ ਆ ਜਿਹਦੇ ਵਿੱਚ ਬਹੁਤ ਸਾਰੀਆਂ ਚਿੱਠੀਆਂ ਆ। ਜਿਹੜੇ ਉਹ ਹਾਕੀ ਦੇ ਖਿਡਾਰੀ, ਉਹ ਬੱਚੇ ਉਸ ਬੱਸ ਦੇ ਵਿੱਚ ਬੈਠੇ ਸੀ ਜਿਨ੍ਹਾਂ ਦੇ ਵਿੱਚ ਜਸਕੀਰਤ ਸਿੰਘ ਸਿੱਧੂ ਦਾ ਟਰੱਕ ਵੱਜਿਆ ਸੀ, ਜਿਹੜੇ ਮਾਰੇ ਗਏ ਸੀ, ਉਹਨਾਂ ਦੇ ਕੁਛ ਮਾਪਿਆਂ ਦੀਆਂ ਚਿੱਠੀਆਂ ਵੀ ਇਹਦੇ ਵਿੱਚ ਸ਼ਾਮਿਲ ਆ, ਜਿਹੜੇ ਕਹਿੰਦੇ ਸੀ ਕਿ ਜਿਹੜਾ ਭਾਣਾ ਵਾਪਰਨਾ ਸੀ ਉਹ ਵਾਪਰ ਗਿਆ, ਹੁਣ ਇਸ ਵਿਅਕਤੀ ਨੂੰ ਕੈਨੇਡਾ ਰਹਿਣ ਦੀ ਆਗਿਆ ਦਿੱਤੀ ਜਾਵੇ ਉਹਦੇ। ਪਰ ਇੱਥੇ ਇਹ ਵੀ ਗੱਲ ਵਰਣਨ ਯੋਗ ਆ ਕਿ ਬਹੁਤ ਸਾਰੇ ਲੋਕਾਂ ਨੇ ਜਿਹਨਾਂ ਦੇ ਬੱਚੇ ਉਹਦੇ ਵਿੱਚ ਚਲੇ ਗਏ ਸੀ, ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਜਸਕੀਰਤ ਸਿੰਘ ਸਿੱਧੂ ਨੂੰ ਕੈਨੇਡਾ ਦੇ ਵਿੱਚ ਨਹੀਂ ਰਹਿਣ ਦੇਣਾ ਚਾਹੀਦਾ, ਕਿ ਉਹਨੂੰ ਇਹ ਅਪੀਲ ਹੀ ਨਹੀਂ ਕਰਨੀ ਚਾਹੀਦੀ ਕਿ ਉਹਨੂੰ ਹੁਣ ਕਿਸੇ ਵੀ ਹਾਲਤ ਦੇ ਵਿੱਚ ਜੋ ਕੁਛ ਹੋਇਆ ਉਹ ਕਹਿੰਦੇ ਸਾਡਾ ਆਂਡੂ ਨਹੀਂ ਹੋ ਸਕਦਾ, ਪਰ ਇਸ ਵਿਅਕਤੀ ਨੂੰ ਡਿਪੋਰਟ ਕਰ ਦੇਣਾ ਚਾਹੀਦਾ, ਇਹਨੂੰ ਕੈਨੇਡਾ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਜਸਕੀਰਤ ਸਿੰਘ ਸਿੱਧੂ ਦਾ ਵਕੀਲ ਕਹਿੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਜਸਕੀਰਤ ਸਿੰਘ ਸਿੱਧੂ ਨੇ ਮੀਡੀਆ ਦੇ ਵਿੱਚ ਆ ਕੇ ਅਪੀਲ ਕੀਤੀ ਸੀ ਕਿ ਮੈਂ ਜਿਹੜੀ ਗਲਤੀ ਮੇਰੇ ਕੋਲ ਹੋਈ ਆ ਉਹਨੂੰ ਮੰਨਦਾ ਹਾਂ, ਉਹਨੇ ਕੋਈ ਵੀ ਉਹਦੇ ਬਾਰੇ ਆਪਣਾ ਪੱਖ ਨਹੀਂ ਸੀ ਰੱਖਿਆ, ਉਹਨੇ ਮੰਨ ਲਿਆ ਸੀ ਕਿ ਗਲਤੀ ਹੋਈ ਆ, ਕਹਿੰਦਾ ਸੀ ਮੈਂ ਸਜ਼ਾ ਵੀ ਭੁਗਤਣ ਨੂੰ ਤਿਆਰ ਹਾਂ ਪਰ ਮੈਨੂੰ ਕੈਨੇਡਾ ਦੇ ਵਿੱਚ ਰਹਿਣ ਦੀ ਆਗਿਆ ਦਿੱਤੀ ਜਾਵੇ। ਜਸਕੀਰਤ ਸਿੰਘ ਸਿੱਧੂ ਦਾ ਵਕੀਲ ਕਹਿੰਦਾ ਕਿ ਸਾਨੂੰ ਲੱਗਦਾ ਸੀ ਇਹ ਤੋਂ ਬਾਅਦ ਲੋਕ ਬਹੁਤ ਗੁੱਸੇ ਵਿੱਚ ਆ ਜਾਣਗੇ ਅਤੇ ਕਹਿਣਗੇ ਕਿ ਇਹਨੂੰ ਜਲਦੀ ਤੋਂ ਜਲਦੀ ਇੰਡੀਆ ਭੇਜੋ, ਪਰ ਉਹ ਕਹਿੰਦੇ ਸਰਪ੍ਰਾਈਜ਼ਿੰਗਲੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਹਨੂੰ ਇੱਥੇ ਰਹਿਣ ਦੇਣਾ ਚਾਹੀਦਾ, ਜਿਹੜੀ ਵੀ ਗਲਤੀ ਹੋਈ ਆ ਉਹਦੇ ਤੋਂ ਬਾਅਦ ਇਹਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ। ਇਹਦੇ ਤੋਂ ਬਾਅਦ ਹੁਣ ਕੀ ਫੈਸਲਾ ਹੁੰਦਾ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂਗਾ, ਪਰ ਇਸ ਵੇਲੇ ਜਸਕੀਰਤ ਸਿੰਘ ਸਿੱਧੂ ਨੂੰ ਜਿਹੜਾ ਕਿ 2018 ਦੇ ਵਿੱਚ ਇੱਕ ਬਹੁਤ ਦਰਦਨਾਕ ਹਾਦਸਾ ਜਿਹਦੇ ਹੱਥੋਂ ਹੋਇਆ ਸੀ, ਜਿਹਦੇ ਵਿੱਚ ਮੌਤਾਂ ਹੋ ਗਈਆਂ ਸੀ ਛੋਟੇ ਛੋਟੇ ਬੱਚਿਆਂ ਦੀਆਂ, ਹਾਕੀ ਦੇ ਖਿਡਾਰੀਆਂ ਦੀਆਂ, ਸਿਰਫ ਇੱਕ ਸਟੋਪ ਸਾਈਨ ਮਿਸ ਕਰਨ ਦੇ ਨਾਲ ਉਸ ਮਾਮਲੇ ਦੇ ਵਿੱਚ ਉਹਨੂੰ ਸਜ਼ਾ ਕੱਟਣ ਤੋਂ ਬਾਅਦ ਇੰਡੀਆ ਭੇਜਣ ਦਾ ਫੈਸਲਾ ਫਿਲਹਾਲ ਅਗਲੇ ਸਾਲ ਤੱਕ ਟਲ ਗਿਆ ਲੱਗਦਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।